ਖੇਤੀਬਾੜੀ ਦੀ ਜਿਹੜੀ ਜ਼ਮੀਨ ਹੈਗੀ ਹੈ ਤੁਸੀਂ ਉਹ ਭਾਰਤ ਦੇ ਵਿੱਚ ਖਰੀਦ ਸਕਦੇ ਹੋ ਜਾਂ ਨਹੀਂ ਖਰੀਦ ਸਕਦੇ, ਕਿਹੜੇ ਲੋਕ ਖਰੀਦ ਸਕਦੇ ਨੇ, ਕਿਹੜੇ ਲੋਕ ਨਹੀਂ ਖਰੀਦ ਸਕਦੇ, ਤੇ ਪੈਸਾ ਟ੍ਰਾਂਸਫਰ ਕਿੱਦਾਂ ਕੀਤਾ ਜਾ ਸਕਦਾ, ਕਿੱਦਾਂ ਨਹੀਂ ਕੀਤਾ ਜਾ ਸਕਦਾ, ਇਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ, ਇਸ ਤੋਂ ਇਲਾਵਾ ਜਿਹੜੇ ਵਿਆਹ ਸ਼ਾਦੀਆਂ ਦੇ ਕੇਸ ਹੁੰਦੇ ਨੇ, ਲੜਾਈ ਝਗੜੇ ਦੇ ਕੇਸ ਹੁੰਦੇ ਨੇ, ਉਸ ਬਾਰੇ ਵੀ ਤੁਸੀਂ ਕੋਈ ਵੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਉਸ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਅਜੇ ਕੇਸ ਹੈਗੇ ਨੇ ਜਿਹੜੇ ਐਨਰਾਈਜ਼ ਦੀ ਜ਼ਮੀਨਾਂ ਜ਼ਿਆਦਾ ਇੱਥੇ ਕਬਜ਼ੇ ਕੀਤੇ ਹੋਏ ਨੇ, ਜੇ ਕਿਰਾਏਦਾਰ ਨੂੰ ਕਿਰਾਏ 'ਤੇ ਦੇ ਦਿੰਦੇ ਨੇ ਤਾਂ ਕਿਰਾਏਦਾਰ ਪਹਿਲਾਂ ਕਿਰਾਇਆ ਦਿੰਦਾ, ਫਿਰ ਬਾਅਦ 'ਚ ਕਿਰਾਇਆ ਬੰਦ ਕਰਕੇ ਉਸ ਤੋਂ ਬਾਅਦ ਉਸ 'ਤੇ ਕਬਜ਼ਾ ਕਰ ਲੈਂਦਾ। ਇੱਦਾਂ ਦੇ ਕਬਜ਼ੇ ਨੂੰ ਵੀ ਜਿਹੜੇ ਮੱਲਣ ਸਾਹਿਬ ਹੱਥ ਪਾਉਂਦੇ ਨੇ, ਕਬਜ਼ੇ ਉਹਨਾਂ ਨੂੰ ਛੁਡਵਾਉਂਦੇ ਨੇ, ਅਤੇ ਐਨਰਾਈਜ਼ ਨੂੰ ਚੜਾ ਗਿਆ ਉਹ ਇਨਸਾਫ ਵੀ ਦਵਾਉਂਦੇ ਨੇ। ਵਿਆਹ ਸ਼ਾਦੀਆਂ ਦੇ ਕਈ ਕੇਸ ਹੈਗੇ ਨੇ, ਇੱਥੇ ਵਿਆਹ ਹੁੰਦਾ, ਬਾਹਰ ਜਾ ਕੇ ਡਿਵੋਰਸ ਕਿੱਦਾਂ ਲੈ ਸਕਦੇ ਨੇ ਜਾਂ ਨਹੀਂ ਲੈ ਸਕਦੇ, ਕਿਹੜੀ ਕੰਟਰੀ ਦੇ ਕਿਵੇਂ ਦੇ ਰੂਲ ਹੈਗੇ ਨੇ, ਓ ਸੀ ਆਈ ਕਾਰਡ ਬਾਰੇ ਵੀ ਖਾਸ ਤੌਰ 'ਤੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਹੋਵੇ ਉਹ ਵੀ ਤੁਸੀਂ ਲੈ ਸਕਦੇ ਕਿ ਓ ਸੀ ਆਈ ਕਾਰਡ ਕੌਣ ਬਣਾ ਸਕਦਾ, ਕੌਣ ਨਹੀਂ ਬਣਾ ਸਕਦਾ, ਓ ਸੀ ਆਈ ਕਾਰਡ ਬਣਾਉਣ ਦੇ ਲਈ ਦਸਤਾਵੇਜ਼ ਕਿਹੜੇ ਕਿਹੜੇ ਜ਼ਰੂਰੀ ਹੈਗੇ ਨੇ। ਸਭ ਤੋਂ ਪਹਿਲਾਂ ਮਲਨ ਸਾਹਿਬ ਅੱਜ ਗੱਲਬਾਤ ਕਰਾਂਗੇ, ਕਿਉਂਕਿ ਲਾਸਟ ਟਾਈਮ ਆਪਾਂ ਨੂੰ ਕਾਫੀ ਕਾਲਸ ਆਈਆਂ ਸੀਗੀਆਂ ਜੀ, ਖੇਤੀਬਾੜੀ ਜ਼ਮੀਨ ਬਾਰੇ ਐਨਆਰਆਈ ਜਾਣਨਾ ਚਾਹੁੰਦੇ ਨੇ ਕਿ ਉਹ ਇੱਥੇ ਖੇਤੀਬਾੜੀ ਜ਼ਮੀਨ ਲੈ ਸਕਦੇ ਨੇ ਐਨਆਰਆਈ, ਤੇ ਕਿਹੜੇ ਕਿਹੜੇ ਨਵੇਂ ਨਿਯਮ ਆਏ ਨੇ ਖੇਤੀਬਾੜੀ ਜ਼ਮੀਨ ਦੇ ਸੰਬੰਧੀ। ਦੇਖੋ, ਇੱਕ ਤੇ ਜਿਹੜਾ ਹਲੇ ਡਿਸੀਜਨ ਮਤਲਬ ਹਲੇ ਆਇਆ, ਇੱਕ ਛੋਟਾ ਜਿਹਾ ਫੈਸਲਾ ਪਰ ਲਾਗੂ ਨਹੀਂ ਹੋਇਆ, ਕਿ ਜਿਹੜਾ ਜ਼ਮੀਨ ਦਾ ਜਿਹੜਾ ਮਤਲਬ ਠੇਕਾ ਹੈ ਜਾਂ ਜਿਹੜੀ ਜ਼ਮੀਨ ਦੀ ਜੋ ਵੀ ਕੀਮਤ ਹੈ ਉਹ ਸਿੱਧੀ ਜ਼ਮੀਨ ਦੇ ਮਾਲਕ ਦੇ ਖਾਤੇ 'ਚ ਜਾਏਗੀ। ਹੁਣ ਉਹ ਮਾਲਕ ਸਾਡੇ ਕੁਛ ਐਨਆਰਆਈ ਭੈਣ ਭਰਾ ਵੀ ਨੇ, ਕੁਛ ਇੰਡੀਅਨ ਨੇ, ਅਤੇ ਉਹਦੇ 'ਤੇ ਹਲੇ ਮੁੱਦੇ 'ਤੇ ਬਾਕੀ ਪੱਕਾ ਫੈਸਲਾ ਆਉਣਾ ਬਾਕੀ ਹੈ ਜੀ ਜੀ। ਹੁਣ ਜਦੋਂ ਤੱਕ ਸਵਾਲ ਹੈ ਕਿ ਜਿਹੜੀ ਤਾਂ ਪੁਸ਼ਤੈਨੀ ਜ਼ਮੀਨ ਤੁਹਾਡੇ ਕੋਲ ਪਈ ਸੀ, ਉਹ ਪੁਸ਼ਤੈਨੀ ਜ਼ਮੀਨ ਤਾਂ ਤੁਸੀਂ ਜਿਹੜੇ ਭਾਵੇਂ ਸਿਟੀਜ਼ਨ ਬਣ ਗਏ ਜਾਂ ਕਿੱਦਾਂ ਵੀ ਆ ਉਹਨੂੰ ਰੱਖ ਸਕਦੇ ਹੋ, ਪਰ ਜਿਹੜੀ ਜ਼ਮੀਨ ਪੁਸ਼ਤੈਨੀ ਨਹੀਂ, ਤੁਸੀਂ ਸਿਟੀਜ਼ਨ ਬਣਨ ਤੋਂ ਬਾਅਦ ਇੰਡੀਆ 'ਚ ਐਗਰੀਕਲਚਰ ਫਲਾਵਰਿਸਟ ਜਾਂ ਕੋਈ ਵੀ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਜ਼ਮੀਨ ਹੈ ਉਹ ਤੁਸੀਂ ਇੰਡੀਵਿਜੁਅਲ ਨਾਮ 'ਤੇ ਨਹੀਂ ਲੈ ਸਕਦੇ। ਫਰਕ ਹੈ ਇਸ ਗੱਲ ਦਾ, ਅਮਨ ਜੀ ਦਰਸ਼ਕ ਬੇ ਧਿਆਨ ਨਾਲ ਸੁਣਨ, ਜੇ ਮੈਂ ਸੁਨੀਲ ਮੱਲਣ ਹਾਂ, ਮੈਂ ਮੰਨ ਲਓ ਕੈਨੇਡਾ ਦਾ ਸਿਟੀਜ਼ਨ ਬਣ ਚੁੱਕਾ ਹਾਂ, ਅਤੇ ਸੁਨੀਲ ਮੱਲਣ ਖੇਤੀਬਾੜੀ ਦੀ ਜ਼ਮੀਨ ਸੁਨੀਲ ਮੱਲਣ ਆਪਣੇ ਪਰਸਨਲ ਨਾਂ 'ਤੇ ਨਹੀਂ ਲੈ ਸਕਦਾ, ਕੋਈ ਵੀ ਐਸਾ ਭਾਰਤੀ ਮੂਲ ਦਾ ਵਿਅਕਤੀ ਜਿਹੜਾ ਫੋਰਨ ਦਾ ਸਿਟੀਜ਼ਨ ਬਣ ਚੁੱਕਾ ਹੈ ਆਪਣੇ ਨਾਂ 'ਤੇ ਖੇਤੀਬਾੜੀ ਦੀ ਜ਼ਮੀਨ ਨਹੀਂ ਲੈ ਸਕਦਾ। ਪਰ ਉਹ ਕਿਵੇਂ ਲੈ ਸਕਦਾ? ਉਹਦੇ ਕੋਲ ਇੱਕ ਇੰਡੀਆ 'ਚ ਜਾਂ ਤਾਂ ਉਹ ਟਰੱਸਟ ਬਣਾਵੇ ਜਾਂ ਕੋਈ ਸੁਸਾਇਟੀ ਫਾਰਮ ਕਰੇ ਜਾਂ ਪ੍ਰਾਈਵੇਟ ਲਿਮਿਟਿਡ ਕੰਪਨੀ ਅਲੱਗ ਅਲੱਗ ਸੈਕਸ਼ਨਾਂ 'ਚ ਬਣ ਜਾਂਦੀ ਹੈ, ਉਹਦੇ ਵਿੱਚ ਉਹ ਕੰਪਨੀ ਫਾਰਮ ਕਰੇ, ਕਰਨ ਤੋਂ ਬਾਅਦ ਉਹਦੀਆਂ ਸ਼ਰਤਾਂ ਪੂਰੀਆਂ ਕਰੇ, ਉਹਦੇ ਲਈ ਪੈਨ ਕਾਰਡ ਬਣਾਉਣਾ, ਉਹਦੇ ਲਈ ਹੋਰ ਜਿਹੜੀਆਂ ਚੀਜ਼ਾਂ ਬਣਾਉਣਾ, ਫਿਰ ਉਹ ਕੰਪਨੀ ਜਿਹੜੀ ਹੈ ਉਹ ਲੈਂਡ ਪਰਚੇਜ਼ ਕਰ ਸਕਦੀ ਹੈ, ਫਿਰ ਉਹਦੇ 'ਤੇ ਤੁਸੀਂ ਖੇਤੀਬਾੜੀ ਕਰਕੇ ਜਾਂ ਜਿਹੜੀ ਵੀ ਤੁਸੀਂ ਅੱਗੋਂ ਪ੍ਰੋਜੈਕਟ ਲਗਾਉਣਾ ਉਹਦੇ ਵਾਸਤੇ, ਈਵਨ ਜਿਹੜੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਜਿਹਦੇ ਵਿੱਚ ਤੁਹਾਨੂੰ ਗ੍ਰਾਂਟ ਸਬਸਿਡੀ ਜਾਂ ਕੁਛ ਵੀ ਮਿਲ ਸਕਦਾ ਜੀ ਜੀ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ ਨੇ। ਔਰ ਤੁਸੀਂ ਕੱਲ੍ਹ ਨੂੰ ਮੰਨ ਲਓ ਖੇਤੀਬਾੜੀ 'ਚ ਕੋਈ ਐਕਸਪੋਰਟ ਕਰਨਾ ਚਾਹੁੰਦੇ ਹੋ, ਕੋਈ ਖਾਸ ਕਿਸਮ ਦਾ ਪ੍ਰੋਡਕਟ, ਇਗਜ਼ਾਮਪਲ ਹਲਦੀ ਉਗਾ ਕੇ, 4 ਕੁਰਕੁਮਿਨ ਲੈਵਲ ਵਾਲੀ, 5 ਵਾਲੀ, 9 ਤੱਕ ਆਉਂਦੀ ਹੈ ਕੁਰਕੁਮਿਨ ਲੈਵਲ, ਡਿਫਰੈਂਟ ਕੁਰਕੁਮਿਨ ਲੈਵਲ ਹੈ, ਫਿਰ ਮਸ਼ਰੂਮ ਦੀ ਖੇਤੀ ਹੈ, ਫਿਰ ਤੁਹਾਡੇ ਵਨੀਲਾ ਦੀ ਖੇਤੀ ਹੈ, ਕਈ ਸਾਰੇ ਐਸੀ ਕਮੋਡਿਟੀਜ਼ ਨੇ ਜਿਹੜੀਆਂ ਫੋਰਨ 'ਚ ਬੜੀਆਂ ਰੇਅਰ ਹੋ ਚੁੱਕੀਆਂ ਨੇ ਪਰ ਉੱਥੇ ਡਿਮਾਂਡ ਬਹੁਤ ਹੈ। ਤੁਹਾਨੂੰ ਮੈਂ ਹੈਰਾਨੀ ਵਾਲੀ ਗੱਲ ਦੱਸਦਾ ਭਾਅ ਜੀ, ਪਾਕਿਸਤਾਨ 'ਚੋਂ ਇਸ ਵੇਲੇ ਬਹੁਤ ਜ਼ਿਆਦਾ ਸਬਜ਼ੀ ਲੰਡਨ ਜਾ ਕੇ ਵਿਕਦੀ ਹੈ, ਲੰਡਨ ਜਾ ਕੇ, ਹਾਂਜੀ, ਤੇ ਇੰਡੀਆ 'ਚੋਂ ਕਿਉਂ ਨਹੀਂ ਜਾਂਦੀ ਵੀ? ਬਿਲਕੁਲ ਜੀ, ਕਿਉਂਕਿ ਇੱਕ ਪਹਿਲਾਂ ਦਰਸ਼ਕ ਜੀ ਸਰ, ਹੈਲੋ, ਪਰ ਕੈਨੇਡਾ ਜਾਂ ਅਮਰੀਕਾ ਜਾਂ ਜਰਮਨੀ ਜਾਂ ਜਪਾਨ ਜਾਂ ਕਿਸੇ ਵੀ ਮੁਲਕ ਨਾਲ ਇੰਡੀਆ ਦੀ ਡਿਊਲ ਸਿਟੀਜ਼ਨਸ਼ਿਪ ਅਲਾਊਡ ਨਹੀਂ ਹੈ, ਉਹਦੇ ਲਈ ਸਿਰਫ ਓਸੀਆਈ ਕਾਰਡ ਹੀ ਕੈਸਲੇ ਚਾਰਾ। ਨੋ ਡਾਊਟ ਸਾਡੀ ਸਰਕਾਰ ਡਿਊਲ ਸਿਟੀਜ਼ਨਸ਼ਿਪ 'ਤੇ ਵੀ ਵਿਚਾਰ ਕਰ ਰਹੀ ਹੈ, ਉਹਦੀ ਕੁਛ ਕੰਡੀਸ਼ਨਸ ਬਣਾ ਰਹੀ ਹੈ, ਆਉਣ ਵਾਲੇ 2-4 ਸਾਲਾਂ 'ਚ ਕੋਈ ਨਾ ਕੋਈ ਐਸਾ ਕਾਨੂੰਨ ਜ਼ਰੂਰ ਆਏਗਾ। ਫਿਲਹਾਲ ਇੰਡੀਅਨ ਮੂਲ ਦੇ ਵਿਅਕਤੀ ਲਈ ਇੰਡੀਆ ਤੋਂ ਬਾਹਰ ਜਾ ਕੇ ਸਿਟੀਜ਼ਨ ਬਣਨ ਤੋਂ ਬਾਅਦ ਸਿਰਫ ਇੱਕ ਓਸੀਆਈ ਕਾਰਡ ਸਹਾਰਾ ਕਿ ਬਿਨਾਂ ਵੀਜ਼ਾ ਲਵਾਇਆ ਤੁਸੀਂ ਇੰਡੀਆ ਬਾਰ ਬਾਰ ਆ ਜਾ ਸਕਦੇ ਹੋ। ਜੀ ਸਰ, ਥੈਂਕ ਯੂ, ਰਾਈਟ ਸਰ, ਥੈਂਕ ਯੂ ਵੈਰੀ ਮੱਚ ਜੀ। ਸੋ ਹੋਰ ਵੀ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ, ਆਪਣੇ ਤੁਸੀਂ ਸਵਾਲ ਜਿਹੜੇ ਹੈਗੇ ਉਹ ਮੱਲਣ ਸਾਹਿਬ ਅੱਗੇ ਰੱਖ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਉਸ ਬਾਰੇ ਲੈ ਸਕਦੇ ਹੋ, ਓਸੀਆਈ ਕਾਰਡ ਬਾਰੇ ਖਾਸ ਤੌਰ 'ਤੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਮੱਲਣ ਸਾਹਿਬ, ਮੈਂ ਤੁਹਾਡੇ ਤੋਂ ਇੱਕ ਚੀਜ਼ ਇਹ ਜਾਣਨਾ ਚਾਹੁੰਦਾ ਜੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਖੇਤੀਬਾੜੀ ਜ਼ਮੀਨ ਇੱਦਾਂ ਨਹੀਂ ਲੈ ਸਕਦਾ ਕੋਈ ਇੱਥੇ ਜੀ ਸਰ, ਅਤੇ ਉਹਦੇ 'ਚ ਕਈ ਦਾਪੇ ਕਾਨੂੰਨੀ ਦਾਪੇਚ ਹੁੰਦੇ ਨੇ ਜੀ, ਪਰ ਜਿਵੇਂ ਜਿੱਦਾਂ ਇੱਕ ਪਿਤਾ ਦੇ ਇੱਥੇ 3 ਪੁੱਤਰ ਹੈਗੇ ਆ,
ਉਹਨਾਂ ਦੇ ਵਿੱਚੋਂ ਇੱਕ ਪੁੱਤਰ ਜੋ ਹੈਗਾ ਉਹ ਅਮਰੀਕਾ ਦੇ ਵਿੱਚ ਸੈਟਲ ਹੋ ਜਾਂਦਾ ਹੈ, ਉਹ ਤਾਂ ਨਾਗਰਿਕ ਬਣ ਜਾਂਦਾ ਹੈ ਜੀ ਸਰ, ਬਾਕੀ ਦੋ ਪੁੱਤਰ ਇੱਥੇ ਹੁੰਦੇ ਨੇ ਜੀ ਸਰ, ਤੇ ਉਹਨਾਂ ਦੇ ਵਿੱਚ ਹੁਣ ਕੱਲ ਨੂੰ ਜ਼ਮੀਨ ਦੀ ਜਦੋਂ ਵੰਡ ਕਰਨੀ ਹੁੰਦੀ ਹੈ ਜੀ, ਤੇ ਜਦੋਂ ਤਿੰਨਾਂ ਦੇ ਬਰਾਬਰ ਹਿੱਸੇ ਆਉਣਗੇ ਤੇ ਉਹ ਆਪਣੇ ਆਪ ਜਿਹੜੀ ਜ਼ਮੀਨ ਹੋਏਗੀ ਪਛਤਾਨੀ ਉਹ ਫਿਰ ਅਮਰੀਕਾ ਵਿੱਚ ਜਿਹੜਾ ਪੁੱਤਰ ਨਾਗਰਿਕ ਬਣ ਜਾਊਗਾ ਬਿਲਕੁਲ ਜੀ 100% ਜਾਏਗੀ ਭਾਜੀ, ਨਵੀਂ ਨਹੀਂ ਖਰੀਦ ਸਕਦਾ। ਮੇਰਾ ਸਵਾਲ ਬੜਾ ਕਲੀਅਰ ਸੀ ਜਵਾਬ, ਜਿਹੜੀ ਪਛਤਾਨੀ ਜ਼ਮੀਨ ਉਹਦੇ ਇੰਡੀਆ ਦੀ ਨਾਗਰਿਕਤਾ ਛੱਡਣ ਤੋਂ ਪਹਿਲਾਂ ਉਹਦੇ ਕੋਲ ਸੀਗੀ ਉਹ ਉਹਦੀ ਹੀ ਰਹੇਗੀ, ਨਵੀਂ ਜ਼ਮੀਨ ਨਹੀਂ ਉਹ ਬਾਏ ਕਰ ਸਕਦਾ। ਜੇ ਕਰਦਾ ਤਾਂ ਟੈਕਨੀਕਲੀ ਉਹ ਗੈਰ ਕਾਨੂੰਨੀ ਹੈ, ਜੇ ਆਪਣੇ ਨਾਂ 'ਤੇ ਕਰਦਾ ਤਾਂ ਉਹਦੇ 'ਤੇ ਕੋਈ ਵੀ ਚੈਲੰਜ ਹੋ ਸਕਦਾ। ਸੋ ਜਿਹੜੀ ਪਿਛਲੀ ਜ਼ਮੀਨ ਹੈ ਉਹਦੀ ਉਹ ਵੰਡ ਦਾ ਅਧਿਕਾਰ, ਉਹਦੀ ਹਰ ਤਰ੍ਹਾਂ ਦੇ ਈਵਨ ਉਹਨੂੰ ਵੇਚ ਕੇ ਇੱਕ ਫਟਕਾ ਲਾਇਆ ਜਿਹੜਾ ਫੋਰਨ ਦੇ ਵਿੱਚ ਪੈਸਾ ਲਿਜਾਣ ਲਈ ਉਹ ਲਾਅ ਆਉਂਦਾ ਉਹਦੇ ਅਧੀਨ, ਪਹਿਲਾਂ ਤਾਂ ਉਹ ਇੰਡੀਆ ਦਾ ਕੈਪੀਟਲ ਗੇਨ ਦੇਣ ਦਾ ਜ਼ਿੰਮੇਦਾਰ ਰਹੇਗਾ। ਮੰਨ ਲਓ ਇੰਡੀਆ 'ਚ ਉਹਦੇ ਬਜ਼ੁਰਗਾਂ ਨੇ 1970 'ਚ ਜ਼ਮੀਨ ਖਰੀਦੀ ਸੀ, ਅੱਜ ਉਹ ਜ਼ਮੀਨ 1 ਕਰੋੜ ਰੁਪਇਆ ਕਿੱਲਾ ਵਿਕਦੀ ਹੈ ਜਾਂ 15 ਲੱਖ ਰੁਪਏ ਨੂੰ ਕਿੱਲਾ ਵਿਕਦੀ ਹੈ, ਉਦੋਂ ਜ਼ਮੀਨ 100 ਰੁਪਇਆ ਕਿੱਲਾ ਲਈ ਸੀ ਅਤੇ 100 ਤੋਂ ਲੈ ਕੇ ਜਿਹੜੀ 15 ਲੱਖ ਵੈਲਿਊ ਬਣੀ ਹੈ ਉਹਦਾ ਕੈਪੀਟਲ ਗੇਨ ਹੈ। ਹੁਣ ਐਗਰੀਕਲਚਰ 'ਚ ਉਹਦੀ ਐਗਜ਼ੰਪਸ਼ਨ ਹੈ ਕਿ ਨਹੀਂ ਹੈ? ਹਾਂ, ਐਗਰੀਕਲਚਰ ਵੇਚ ਕੇ ਐਗਰੀਕਲਚਰ ਲੈਂਦਾ, ਉਹਦੇ ਬੜੇ ਸਾਰੇ ਟੈਕਨੀਕਲ ਲਕੂਨੇ ਅੱਗੋਂ। ਸੋ ਉਹ ਪਹਿਲਾਂ ਉਹਨੂੰ ਉਹਦਾ ਟੈਕਸ ਜਾਂ ਉਹਦੀ ਅਦਾਇਗੀ ਕਰਨੀ ਪਏਗੀ ਜਾਂ ਉਹਨੂੰ ਉਹਦੇ ਜਿਹੜੇ ਮਤਲਬ ਉਹਦੇ ਇਕੁਇਲੈਂਟ ਜਿਹੜੇ ਫੰਡਸ ਹੁੰਦੇ ਨੇ ਉਹਦੇ 'ਚ ਉਹਨੂੰ ਪੈਸਾ ਰੱਖਣਾ ਪਏਗਾ, 2 ਸਾਲ ਜਾਂ 3 ਸਾਲ ਲਈ ਉਹ ਰੱਖ ਸਕਦਾ। ਜੇ ਉਹਨੂੰ ਫੋਰਨ ਲੈ ਕੇ ਜਾਂਦਾ ਤੇ ਜੋ ਇੰਡੀਆ ਦੇ ਟੈਕਸਿਸ ਨੇ ਉਹਨੂੰ ਕੰਪਲੀਟ ਕਰਨਾ ਪਏਗਾ, ਔਰ ਫੋਰਨ ਲਿਜਾਣ ਲੱਗਿਆਂ ਜਿਹੜੇ ਉਹਨੂੰ ਟੈਕਸ ਲੱਗਣੇ ਆ ਜਾਂ ਨਹੀਂ ਲੱਗਣੇ, ਜਿਸ ਵੀ ਉਹ ਬ੍ਰੈਕਟ ਜਾਂਦਾ ਉਹਦੇ ਬਾਰੇ ਉਹ ਟੈਕਸ ਦੇ ਕੇ ਉੱਥੇ ਉਸ ਪੈਸੇ ਦਾ ਪੱਕੇ ਤੌਰ 'ਤੇ। ਇਹਦੇ 'ਚ ਸਰ ਮੈਂ ਇੱਕ ਛੋਟੀ ਜਿਹੀ ਹੋਰ ਐਡ ਕਰਾਂਗਾ, ਹੁਣ ਇੱਥੇ ਪ੍ਰੋਬਲਮ ਸਾਡੇ NRI ਭਰਾਵਾਂ ਨੂੰ ਕੀ ਹੁੰਦੀ ਹੈ, ਕਾਗਜ਼ਾਂ ਵਿੱਚ ਜ਼ਮੀਨ ਦੀ ਕੀਮਤ 15 ਲੱਖ ਦੀ ਰਜਿਸਟਰੀ ਹੁੰਦੀ ਹੈ, ਪ੍ਰੈਕਟੀਕਲੀ ਉਹ 20 ਲੱਖ ਦੀ ਜਾਂ 25 ਲੱਖ ਦੀ ਵਿਕੀ ਹੁੰਦੀ ਹੈ। ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਕੱਚੇ ਪੱਕੇ ਦਾ ਰੁਪਈਆ ਨਾ ਰੱਖੋ। ਮਤਲਬ ਸਾਹਿਬ ਆਪਣੀ ਗੱਲਬਾਤ ਜਾਰੀ ਰਹੇਗੀ ਜੀ, ਕਾਲ ਲਈਏ। ਹੈਲੋ, ਹਾਂਜੀ ਜੀ ਸਰ, ਸਤਿ ਸ਼੍ਰੀ ਅਕਾਲ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਵਾਗਤ, ਅਮਨ ਮੋਹਨ ਗੱਲ ਕਰ ਰਹੇ, ਕਿੱਥੋਂ ਬੋਲ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਨਾ ਜਿਹੜਾ ਹਮਦਰਦ ਦੇ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਨਾ ਮੈਂ ਪੁੱਛਣਾ ਚਾਹੁੰਦਾ ਜੀ। ਹਾਂਜੀ ਜੀ, ਪੁੱਛੋ ਜੀ, ਤੁਸੀਂ ਲਾਈਵ ਪ੍ਰੋਗਰਾਮ 'ਚ ਗੱਲ ਕਰ ਰਹੇ ਹੋ ਜੀ? ਹਾਂਜੀ ਹਾਂਜੀ ਜੀ। ਸਰ ਟੀਵੀ ਸੈੱਟ ਦੀ ਆਵਾਜ਼ ਬੰਦ ਕਰਕੇ ਪੁੱਛੋ, 2 ਮਿੰਟ ਦਾ ਡਿਲੇ ਹੁੰਦਾ, ਜਦੋਂ ਸਾਡੇ ਨਾਲ ਗੱਲ ਕਰੋਗੇ ਤੁਹਾਨੂੰ ਜਵਾਬ ਟੀਵੀ ਸੈੱਟ ਉੱਤੇ ਮਿਲ ਜਾਊਗਾ। ਮੈਂ ਹੌਲੀ ਕਰ ਦਿੰਦਾ ਜੀ। ਹਾਂਜੀ ਹਾਂਜੀ ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਬਿਲਕੁਲ ਜਾ ਸਕਦੇ ਆ ਜੀ, ਵਿਦਆਊਟ ਕਹਿੰਦੇ ਵਿਦਆਊਟ ਤੁਸੀਂ ਵੀਜ਼ਾ ਲਵਾਏ ਬਗੈਰ ਨਹੀਂ। ਨਹੀਂ ਭਾਜੀ, ਡਿਊਅਲ ਸਿਟੀਜ਼ਨਸ਼ਿਪ ਨਹੀਂ, ਤੁਸੀਂ OCI ਕਾਰਡ ਲਿਆ ਹੋਏਗਾ ਔਰ ਹਲੇ ਕੋਵਿਡ। ਨਹੀਂ ਨਹੀਂ, ਆਈ ਐਮ ਡਿਊਅਲ ਸਿਟੀਜ਼ਨਸ਼ਿਪ, ਆਈ ਹੈਵ ਅ ਕਾਰਡ, ਨਹੀਂ ਆਈ ਹੈਵ ਅ ਡਿਊਅਲ ਸਿਟੀਜ਼ਨਸ਼ਿਪ। ਐਨੀਵੇ ਕੋਵਿਡ ਕਰਿਆ ਨੇ ਪਹਿਲੇ ਦਿੱਤੀਆਂ ਸੀ, ਬਹੁਤ ਚਿਰ ਪਹਿਲਾਂ, ਬਹੁਤ ਚਿਰ ਪਹਿਲਾਂ ਦਿੱਤੀਆਂ ਸੀ ਔਰ ਉਹਦੇ ਵਿੱਚ ਤੁਸੀਂ, ਮੈਂ ਉੱਥੇ ਜਾ ਕੇ ਵੀ ਆਇਆ। ਮੈਂ ਦੱਸਦਾ ਵੀਰ ਜੀ, ਸਿਰਫ ਕੋਵਿਡ ਕਰਕੇ ਰਿਸਟ੍ਰਿਕਸ਼ਨਸ ਲੱਗੀਆਂ ਕਿ ਤੁਸੀਂ ਵੀਜ਼ਾ ਲਵੋ ਦੁਬਾਰਾ, ਅਦਰਵਾਈਜ਼ ਡਿਊਅਲ ਸਿਟੀਜ਼ਨਸ਼ਿਪ ਵੀ ਤੁਹਾਡੇ ਕੋਲ ਹੈਗੀ ਹੈ ਪੁਰਾਣੀ ਜਿਹੜੀ ਪਈ ਹੈ ਉਹਦੇ 'ਤੇ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ, ਪਰ ਕੋਵਿਡ ਕਰਕੇ ਵੀਜ਼ੇ ਦੀ ਲੋੜ ਕਹਿ ਰਹੇ ਨੇ ਕਿਉਂਕਿ ਕੋਵਿਡ ਕਰਕੇ ਉਹਨਾਂ ਨੇ ਰਿਸਟ੍ਰਿਕਟ ਕੀਤਾ ਲੋਕਾਂ ਨੂੰ ਆਉਣ ਜਾਣ ਨੂੰ, ਖਾਸ ਕਰਕੇ ਬਜ਼ੁਰਗਾਂ ਨੂੰ। ਜਿੱਦਾਂ ਤੁਹਾਡੇ ਕੋਲ ਡਿਊਅਲ ਸਿਟੀਜ਼ਨਸ਼ਿਪ ਹੈ ਫਿਰ ਤੁਹਾਨੂੰ ਇੱਥੇ ਵੋਟ ਦਾ ਅਧਿਕਾਰ ਹੈਗਾ ਜੀ? ਹਾਂਜੀ, ਸਾਡੇ ਇੱਥੇ ਤਾਂ ਕੋਈ, ਇੱਥੇ ਤਾਂ ਸਾਨੂੰ ਪਤਾ ਨਹੀਂ, ਇੱਥੇ ਤਾਂ ਸਿਟੀਜ਼ਨ ਹੈ। ਅੱਛਾ ਅੱਛਾ, ਠੀਕ ਹੈ ਜੀ, ਤੇ ਹੋਰ ਕੋਈ ਸਵਾਲ ਤੁਹਾਡਾ ਜੀ? ਹਾਂ, ਤਾਂ ਇਹਨਾਂ ਨੂੰ ਪਤਾ ਹੋਊਗਾ ਕਿ ਬੋਰਡ ਦਾ ਸਿਟੀ ਹੈਗਾ ਅਧਿਕਾਰ ਜਾਂ ਨਹੀਂ। ਦੇਖੋ ਜੀ, ਜੇ ਤੁਹਾਡੇ ਕੋਲ ਇੰਡੀਆ ਦੀ ਸਿਟੀਜ਼ਨਸ਼ਿਪ ਹੈਗੀ ਹੈ ਤੇ ਤੁਹਾਨੂੰ ਇੰਡੀਆ ਦੇ ਉਹ ਸਾਰੇ ਅਧਿਕਾਰ ਨੇ ਜਿਹੜੇ ਕਿ ਇੰਡੀਅਨ ਨਾਗਰਿਕ ਲਈ ਹੁੰਦੇ, ਚਾਹੇ ਉਹ ਵੋਟ ਪਾਉਣ ਦਾ ਅਧਿਕਾਰ ਹੈ ਤੇ ਚਾਹੇ ਉਹ ਗੈਸ ਕਨੈਕਸ਼ਨ ਲੈਣ ਦਾ ਅਧਿਕਾਰ ਹੈ ਜਾਂ ਕੋਈ ਵੀ ਐਸਾ ਅਧਿਕਾਰ ਹੈ ਜਿਹੜਾ ਭਾਰਤੀ ਨਾਗਰਿਕ ਲਈ ਹੈ, ਉਹ ਤੁਹਾਡੇ ਲਈ ਵੀ ਹੈਗਾ। ਭਾਰਤੀ ਨਾਲ ਮੈਂ ਉਹੀ ਤੁਹਾਨੂੰ ਬੇਨਤੀ ਕਰਦਾ ਜੀ, ਇਹ ਗੌਰਮੈਂਟ ਨੇ, ਇੰਡੀਆ ਵਾਲਿਆਂ ਨੇ ਸਾਨੂੰ ਡਿਊਅਲ ਸਿਟੀਜ਼ਨਸ਼ਿਪ ਦਿੱਤੀ ਹੋਈ, ਅਸੀਂ ਉਹਦੀ ਫੀਸ ਭਰੀ, ਅਸੀਂ ਉੱਥੇ ਇੰਡੀਆ ਵੀ ਜਾ ਕੇ ਸਫ਼ਰ ਕੀਤਾ। ਬਿਲਕੁਲ ਜੀ ਬਿਲਕੁਲ, ਉੱਥੇ ਤਾਂ ਕਈ ਵਾਰੀ ਜਾਈਦਾ, ਵੋਟਿੰਗ ਨਹੀਂ ਹੁੰਦੀ ਨਾ ਜੀ ਸਰ। ਜੀ ਜੀ, ਸ਼ੁਕਰੀਆ, ਇਹ ਪੁੱਛ। ਹਾਂਜੀ ਹਾਂਜੀ, ਹੁਣ ਬਿਮਾਰੀ ਦੇ ਬਾਅਦ ਵੀ, ਤੇ ਬਿਮਾਰੀ ਜੇ ਅਗਰ ਵੀਜ਼ਾ ਲੈ ਲਈਏ ਫੇਰ ਜਾ ਸਕਨੇ? ਜੇ ਤੁਹਾਨੂੰ ਸਰ ਉਹ ਵੀਜ਼ਾ ਦੇ ਦੇਣਗੇ ਜੀ ਤੇ 100% ਤੁਸੀਂ ਜਾ ਸਕੋਗੇ ਜੀ, ਪਰ ਹਲੇ ਉਹਨਾਂ ਨੇ ਦੇਣਾ ਨਹੀਂ। ਜੇ ਤੁਸੀਂ ਸਰ, ਇੱਕ ਪੈਂਡੈਮਿਕ ਆਇਆ ਹੈ, ਇੱਕ ਮਹਾਮਾਰੀ ਚੱਲ ਰਹੀ ਹੈ, ਉਹਦੇ ਵਿੱਚ ਉਹਨਾਂ ਨੇ ਰਿਸਟ੍ਰਿਕਸ਼ਨ ਪੈਦਾ ਕਰਨ ਲਈ ਇਹ ਕੰਡੀਸ਼ਨਸ ਇੰਪੋਜ਼ ਕੀਤੀਆਂ ਤਾਂ ਕਿ ਬਹੁਤ ਮਜਬੂਰੀ ਹੈ ਤਾਂ ਹੀ ਟਰੈਵਲ ਕਰੋ, ਨਹੀਂ ਤਾਂ ਨਾ ਕਰੋ। ਉਹ ਤਾਂ ਸਮਝਦੇ ਹਾਂ, ਸਾਨੂੰ ਤਾਂ 5-6 ਸਾਲ ਵੇਟ ਕਰਦੇ ਹੋ, ਸਾਲ ਡੇਢ ਹੋ ਗਿਆ।
ਨਹੀਂ ਉਹ ਤੇ ਭਾਜੀ ਸਾਰੀ ਦੁਨੀਆ ਵਾਸਤੇ ਜਾ ਸਕਦੇ ਨਹੀਂ ਹੈ ਸਿੱਧਾ ਮੈਂ ਤੁਹਾਨੂੰ ਪੁੱਛ ਲਿਆ ਸੀ ਜੀ 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 ਭਾਜੀ ਜੀ ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਆਪਣੀ ਸਿਹਤ ਦਾ ਧਿਆਨ ਰੱਖੋ ਰਾਜੀ ਰਹੋ ਹੱਸਦੇ ਖੇਡਦੇ ਵਸੋ ਸਗੋਂ ਸਾਨੂੰ ਖੁਸ਼ੀ ਹੈ ਜੀ ਸਾਡੇ ਬਜ਼ੁਰਗ ਸਾਡੇ ਨਾਲ ਰਹਿਣ ਜੀ 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 ਭਾਜੀ ਸਤਿ ਸ਼੍ਰੀ ਅਕਾਲ ਮਤਲਬ ਸਾਹਿਬ ਜਿੱਦਾਂ ਇਹਨਾਂ ਨੇ ਦੱਸਿਆ ਕਿ ਡਿਊਲ ਸਿਟੀਜ਼ਨਸ਼ਿਪ ਇਹਨਾਂ ਕੋਲ ਹੈਗੀ ਜੀ ਸਰ ਅਤੇ ਉਸ ਇੱਥੇ ਭਾਰਤ ਦੇ ਜਿਹੜੇ ਅਧਿਕਾਰ ਹੈਗੇ ਨੇ ਉਹ ਵੀ ਸਾਰੇ ਹੈਗੇ ਨੇ ਹੁਣ ਤੁਸੀਂ ਦੇਖੋ ਕਿ ਕਰੋਨਾ ਜੀ ਸਰ ਉਸ ਤੋਂ ਬਾਅਦ ਇਹ ਸਰਕਾਰਾਂ ਨੇ ਸਾਰੀ ਵਿਦੇਸ਼ੀ ਸਰਕਾਰਾਂ ਨੇ ਵੀ ਇਹ ਗੱਲ ਕੀਤੀ ਕਈ ਥਾਵਾਂ 'ਤੇ ਜਿਹੜੇ ਬੰਦੇ ਸਟੱਕ ਹੋਏ ਪਏ ਨੇ ਇਹ ਆਪਣੇ ਲਈ ਇੰਡੀਆ ਜਿਹੜੇ ਬਾਹਰ ਬੈਠੇ ਨੇ ਵਿਦੇਸ਼ਾਂ 'ਚ ਉਹ ਇੱਧਰ ਨਹੀਂ ਆ ਸਕਦੇ ਅਤੇ ਜਿਹੜੇ ਕਈ ਇੱਧਰ ਸਟੱਕ ਹੋਏ ਪਏ ਨੇ ਵਿਦੇਸ਼ੀ ਉਹ ਉੱਧਰ ਨੂੰ ਨਹੀਂ ਜਾ ਸਕਦੇ ਇਹ ਤਾਂ ਸਾਡੇ ਵੱਡੇ ਵੀਰ ਜੀ ਕੋਲ ਡਿਊਲ ਸਿਟੀਜ਼ਨਸ਼ਿਪ ਹੈ ਅਮੈਰੀਕਾ ਦਾ ਪਾਸਪੋਰਟ ਜੇ ਤੁਹਾਡੇ ਕੋਲ ਹੈਗਾ ਕੈਨੇਡਾ ਦਾ ਪਾਸਪੋਰਟ ਤੁਹਾਡੇ ਕੋਲ ਹੈਗਾ ਬ੍ਰਿਟਿਸ਼ ਦਾ ਪਾਸਪੋਰਟ ਹੈਗਾ ਉਹਦੇ ਉੱਤੇ ਤੁਹਾਡੇ ਕੋਲ ਕਈ ਕੰਟਰੀਆਂ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੈ ਰਾਈਟ ਤੁਸੀਂ ਸਟੇਟ ਵਿੱਚ ਜਾ ਸਕਦੇ ਹੋ ਉਹਨਾਂ ਨੂੰ ਰਿਸਟ੍ਰਿਕਸ਼ਨ ਲਾਤੀ ਇਹਨਾਂ ਨੇ ਜਵਾਨ ਬੰਦੇ ਨੂੰ ਰਿਸਟ੍ਰਿਕਸ਼ਨ ਲਾਈ ਹੈ ਸੋ ਉਹਨਾਂ ਨੇ ਬੜੀਆਂ ਲਿਮਿਟਿਡ ਕੈਟਾਗਰੀਜ਼ ਨਰਸਿੰਗ ਸਟਾਫ ਹੈ ਉਹਦੇ ਲਈ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਡਰਾਈਵਰਸ ਨੇ ਉਹਨਾਂ ਲਈ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕੋਈ ਐਜੂਕੇਸ਼ਨ ਰਿਲੇਟਡ J1 ਵੀਜ਼ੇ 'ਤੇ ਐਜੂਕੇਸ਼ਨ 'ਤੇ ਜਾਣਾ ਚਾਹ ਰਿਹਾ ਉਹਦੇ ਲਈ ਰਿਸਟ੍ਰਿਕਸ਼ਨ ਘੱਟ ਨੇ ਜੇ ਡਿਪੈਂਡ ਕਰਦਾ ਕਿ ਤੁਹਾਡਾ ਕੈਟਾਗਰੀ ਉਹਦੇ 'ਚ ਅੱਗੋਂ ਕਿਹੜੀ ਹੈ ਰਾਈਟ ਤੋ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਹੈ ਜਿਹਦੇ ਕਰਕੇ ਕੋਈ ਕੰਮ ਰੁਕ ਸਕਦਾ ਮੈਡੀਕਲ ਸਟਾਫ ਜਿਵੇਂ ਮੈਂ ਗੱਲ ਕੀਤੀ ਹੈ ਤੇ ਉਹਨਾਂ ਲਈ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਉਹਨਾਂ ਨੂੰ ਅੱਜ ਵੀ ਵੀਜ਼ਾ ਮਿਲ ਰਿਹਾ ਉਹਨਾਂ ਲਈ ਅੱਜ ਵੀ ਅੰਬੈਸੀ ਖੁੱਲ੍ਹ ਰਹੀ ਹੈ ਸਿਰਫ ਉਹਨਾਂ ਬੰਦਿਆਂ ਲਈ ਜਿਨ੍ਹਾਂ ਦੀ ਅਸੈਂਸ਼ੀਅਲ ਸਰਵਿਸਿਜ਼ ਨੇ ਜਿਨ੍ਹਾਂ ਦਾ ਆਉਣਾ ਜਾਣਾ ਬਹੁਤ ਜ਼ਰੂਰੀ ਹੈ ਸਰਕਾਰ ਇਹ ਕਹਿ ਰਹੀ ਅੱਜ ਦੀ ਤਰੀਕ 'ਚ ਵੀ ਇਸ ਕਰੋਨਾ ਮਹਾਂਮਾਰੀ 'ਚ ਘੱਟ ਤੋਂ ਘੱਟ ਸਫ਼ਰ ਕਰੋ ਈਵਨ ਆਪਣੀਆਂ ਮਾਰਕੀਟਾਂ ਤੱਕ ਵੀ ਲਿਮਿਟਿਡ ਟਾਈਮ ਲਈ ਜਾਓ ਅਤੇ ਘਰ ਆਓ ਸਭ ਆਪਣੀ ਗੱਲਬਾਤ ਚੱਲ ਜੀ ਸਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅਮਨ ਮੋਹਨ ਗੱਲ ਕਰ ਰਿਹਾ ਟੀਵੀ ਸੈੱਟ ਦੀ ਆਵਾਜ਼ ਬੰਦ ਕਰਕੇ ਸਾਡੇ ਨਾਲ ਗੱਲ ਕਰ ਲਓ ਜੀ ਅੱਛਾ ਅੱਛਾ ਇੱਕ ਮਿੰਟ ਜੀ ਹੋ ਗਿਆ ਠੀਕ ਹੈ ਜੀ 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 ਠੀਕ ਹੈ ਜੀ ਕਰ ਲਈ ਕਰ ਹਾਂਜੀ ਇਸ ਤਰ੍ਹਾਂ ਹੈ ਕਿ ਜਿਹੜਾ ਮੈਂ ਬਰਦਰ ਤੋਂ ਬੋਲ ਰਿਹਾ ਜੀ ਜੀ ਔਰ ਜਿਹੜਾ ਓਸੀਆਈ ਕਾਰਡ ਉਹਨਾਂ ਨੇ ਕਿਹਾ ਕਿ ਜਿਹੜੇ 50 ਤੋਂ ਅਬਵ ਆ 52 ਤੋਂ ਉਹ ਰਿਨਿਊ ਕਰਾਉਣਾ ਤੇ ਓਸੀਆਈ ਨੂੰ ਵੀ ਵੀਜ਼ਾ ਹੁਣ ਲੈਣਾ ਪੈਣਾ ਵੀਰ ਜੀ ਓਸੀਆਈ ਕਾਰਡ ਦੇ ਉੱਤੇ ਜੇ ਤੇ ਕੋਈ ਵੈਲਿਡ ਡੇਟ ਲਿਖੀ ਹੈ ਵੀ ਵੈਲਿਡਿਟੀ ਇੰਨੀ ਤਰੀਕ ਉਸ ਬੰਦੇ ਨੂੰ ਸਿਰਫ ਆਪਣਾ ਓਸੀਆਈ ਕਾਰਡ ਰਿਨਿਊ ਕਰਾਉਣਾ ਪੈਣਾ ਨੰਬਰ 1 ਨਹੀਂ ਤਾਂ ਰਿਨਿਊ ਕਰਾਉਣ ਦੀ ਕੋਈ ਲੋੜ ਨਹੀਂ ਹੈ ਜ਼ਿਆਦਾਤਰ ਰਿਨਿਊ ਕਰਾਉਣਾ ਪੈਂਦਾ ਹੈ ਬੱਚਿਆਂ ਨੂੰ ਜਿਹੜੇ ਬਚਪਨ 'ਚ ਉਹਨਾਂ ਨੂੰ ਓਸੀਆਈ ਕਾਰਡ ਮਿਲ ਜਾਂਦਾ ਉਹਨਾਂ ਦੇ ਡੀਲ ਡੋਲ 'ਚ ਫਰਕ ਆ ਜਾਂਦਾ 20 ਸਾਲ ਤੋਂ ਬਾਅਦ ਵੀ ਉਹਨਾਂ ਨੂੰ ਇੱਕ ਵਾਰੀ ਰਿਨਿਊ ਕਰਾਉਣਾ ਕੰਪਲਸਰੀ ਹੈ ਜਿਹੜੇ ਆਲਰੇਡੀ ਵੱਡੇ ਨੇ ਉਹਨਾਂ ਨੂੰ ਨਹੀਂ ਜ਼ਰੂਰੀ ਬਟ ਕਿਉਂਕਿ ਪੁਰਾਣਾ ਡਾਟਾ ਧੀਰੇ ਧੀਰੇ ਨਵਾਂ ਜਿਹੜਾ ਸੋਫਟਵੇਅਰ ਬਣਿਆ ਉਹਦੇ 'ਚ ਚੜ੍ਹ ਰਿਹਾ ਅਤੇ ਉਹਦੇ ਵਿੱਚ ਜੇ ਤੁਹਾਡਾ ਬਾਈ ਚਾਂਸ ਨਹੀਂ ਚੜਿਆ ਤਾਂ ਉਹ ਚੜਵਾ ਲਓਗੇ ਉਹਦੇ ਵਾਸਤੇ ਸਿਰਫ ਤੁਸੀਂ ਇੱਕ ਫੋਟੋ ਕਾਪੀ ਭੇਜਣੀ ਹੈ ਅਤੇ ਜਿਹੜੇ ਪਾਸਪੋਰਟ 'ਤੇ ਤੁਹਾਨੂੰ ਓਸੀਆਈ ਕਾਰਡ ਜਾਰੀ ਹੋਇਆ ਸੀ ਉਹਦੀ ਕਾਪੀ ਭੇਜਣੀ ਹੈ ਅਤੇ ਲੇਟੈਸਟ ਪਾਸਪੋਰਟ ਦੀ ਕਾਪੀ ਸਿਰਫ ਈਮੇਲ ਕਰਨੀ ਹੈ ਤੁਸੀਂ ਆਪਣੇ ਸ਼ਹਿਰ ਦੀ ਇੰਡੀਅਨ ਅੰਬੈਸੀ ਨੂੰ ਔਰ ਤੁਹਾਡਾ ਉਹ ਡਾਟਾ ਚੜ੍ਹ ਜਾਏਗਾ ਔਰ ਉਸ ਤੋਂ ਇਲਾਵਾ ਤੁਹਾਨੂੰ ਵੀਜ਼ਾ ਲੈਣ ਦੀ ਕੋਈ ਲੋੜ ਨਹੀਂ ਹੈ ਸਿਰਫ ਕਰੋਨਾ ਮਹਾਂਮਾਰੀ ਕਰਕੇ ਵੀਜ਼ਾ ਲੈਣ ਦੇ ਰਿਸਟ੍ਰਿਕਸ਼ਨਾਂ ਨੇ ਕਿ ਤੁਸੀਂ ਫ੍ਰੀ ਟਰੈਵਲ ਨਾ ਕਰੋ ਖਾਸ ਕਰਕੇ 60+ ਜਿਹੜੇ ਸਾਡੇ ਭੈਣ ਭਰਾ ਨੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਵਾਸਤੇ ਜ਼ਿਆਦਾ ਰਿਸਟ੍ਰਿਕਸ਼ਨ ਹੈ ਕਿ ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਕਿਤੇ ਉਹ ਕਰੋਨਾ ਮਹਾਂਮਾਰੀ ਦੀ ਚਪੇਟ 'ਚ ਨਾ ਆ ਜਾਣ ਸੋ ਅਦਰਵਾਈਜ਼ ਤੁਹਾਨੂੰ ਇੱਕ ਕੁਐਸਚਨ ਕਰਦਾ ਕਿ ਐਮਰਜੈਂਸੀ ਸਰਵਿਸ ਜਿਹੜੀ ਕੌਂਸਲੇਟ ਜਨਰਲ ਟਰਾਂਟੋ ਦੀ ਉਹਦੀ ਮੇਰੀ ਗੰਦ ਹੋਈ ਸੀ ਉੱਥੇ ਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ 53 ਈਅਰਸ ਤੋਂ ਅਬਵ ਆ ਜੀ ਉਹ ਜਿਹੜੇ ਆ ਉਹ ਉਹਨਾਂ ਨੇ 31 ਦਸੰਬਰ ਤੱਕ ਤੁਹਾਨੂੰ ਜਿਹੜੀ ਆ ਓਸੀਆਈ ਰਿਨਿਊ ਕਰਾਉਣੀ ਪੈਣੀ ਆ ਕੀ ਤੁਹਾਡੀ ਨੋਟਿਸ 'ਚ ਹੈ ਨਹੀਂ ਸਰ ਨਹੀਂ ਐਸੀ ਕੋਈ ਰਿਸਟ੍ਰਿਕਸ਼ਨ ਨਹੀਂ ਜੀ ਹੈਗੀ ਉਹ ਸਿਰਫ ਨਿਊਯਾਰਕ ਦੇ ਇੱਕ ਅੰਬੈਸੀ ਨੇ ਇੱਕ ਛੋਟੀ ਜਿਹੀ ਨੋਟੀਫਿਕੇਸ਼ਨ ਕੱਢੀ ਸੀ ਉਹ ਇਸ ਵਾਸਤੇ ਕੱਢੀ ਸੀ ਕਿ ਜਿਨ੍ਹਾਂ ਦੀ ਕਿਸੇ ਕਾਰਨ ਵੈਲਿਡਿਟੀ ਖਤਮ ਹੋ ਰਹੀ ਹੈ ਕਿ ਕਈਆਂ ਓਸੀਆਈ ਕਾਰਡ ਦੇ ਉੱਤੇ ਵੈਲਿਡ ਡੇਟ ਲਿਖੀ ਸੀ ਉਹਨਾਂ ਨੂੰ ਰਿਨਿਊਅਲ ਵਾਸਤੇ ਕਿਹਾ ਗਿਆ ਸੀ ਜਿਸ ਭੈਣ ਭਰਾ ਦੀ ਓਸੀਆਈ ਕਾਰਡ ਦੇ ਉੱਤੇ ਵੈਲਿਡ ਡੇਟ ਨਹੀਂ ਲਿਖੀ ਉਹਨਾਂ ਨੂੰ ਰਿਨਿਊਅਲ ਦੀ ਲੋੜ ਨਹੀਂ ਹੈ ਜੀ ਮੇਰੀ ਤਾਂ ਉਮਰ 80 ਆ ਔਰ ਜਿਹੜਾ ਮੇਰੇ ਕੋਈ ਓਸੀਆਈ ਦੇ ਬਾਕੀ ਵੀ ਮੇਰੇ ਦਰਸ਼ਕ ਸੁਣ ਲੈਣ
ਜਿਨ੍ਹਾਂ ਦਾ ਓਸੀਆਈ ਕਾਰਡ ਬਹੁਤ ਪੁਰਾਣਾ ਜਾਰੀ ਹੋਇਆ, ਮੰਨ ਲਓ 20-25 ਸਾਲ ਪਹਿਲਾਂ ਜਾਰੀ ਹੋਇਆ, ਮੰਨ ਲਓ ਜਿਵੇਂ ਤੁਸੀਂ ਅੱਜ ਦੱਸ ਰਹੇ ਹੋ ਤੁਹਾਡੀ ਉਮਰ 80 ਹੈ, ਤੇ ਮੰਨ ਲਓ ਤੁਹਾਨੂੰ 50 ਦੀ ਉਮਰ 'ਚ ਜਾਂ 40 ਦੀ ਉਮਰ 'ਚ ਓਸੀਆਈ ਕਾਰਡ ਜਾਰੀ ਹੋਇਆ, ਕਿਸੇ ਵੇਲੇ ਸਰਕਾਰ ਕੋਲ ਉਹਦਾ ਡਾਟਾ ਅੱਗੇ ਪਿੱਛੇ ਹੋ ਜਾਂਦਾ। ਸੋ ਤੁਸੀਂ ਕੀ ਕਰਨਾ, ਆਪਣੇ ਓਸੀਆਈ ਕਾਰਡ ਦੀ ਸਕੈਨ ਕਾਪੀ ਕਰਾਉਣੀ ਹੈ, ਜਿਹੜੇ ਪਾਸਪੋਰਟ ਤੋਂ ਤੁਹਾਨੂੰ ਓਸੀਆਈ ਕਾਰਡ ਜਾਰੀ ਹੋਇਆ ਸੀ ਉਹਦੀ ਸਕੈਨ ਕਾਪੀ ਕਰਾਉਣੀ ਹੈ, ਤੇ ਜਿਹੜਾ ਤੁਹਾਡਾ ਇਸ ਵੇਲੇ ਲੇਟੈਸਟ ਪਾਸਪੋਰਟ ਹੈ ਜਿਹੜਾ ਵੈਲਿਡ ਹੈ ਬਾਹਰ ਦੇ ਕੰਟਰੀ ਦਾ, ਉਹਦੀ ਸਕੈਨ ਕਾਪੀ ਕਰਾ ਕੇ ਐਮਬੈਸੀ ਨੂੰ ਸਿਰਫ ਮੇਲ ਕਰਨੀ ਹੈ ਕਿ ਆਹ ਮੇਰਾ ਵੈਲਿਡ ਮੇਰੇ ਕੋਲ ਓਸੀਆਈ ਕਾਰਡ ਹੈ, ਕਿਰਪਾ ਕਰਕੇ ਇਹਨੂੰ ਆਪਣੇ ਡਾਟਾ ਬੈਂਕ 'ਚ ਐਡ ਕਰ ਲਿਆ ਜਾਵੇ। ਬਸ ਇਸ ਤੋਂ ਇਲਾਵਾ ਜਿੱਦਾਂ ਹੁਣ ਮੈਂ ਜਿਹੜਾ ਮੇਰਾ ਕੈਂਸਲ ਪਾਸਪੋਰਟ ਸੀ ਉਹਦੇ ਤੇ ਜਿਹੜਾ ਉਹ ਵੀਜ਼ਾ ਲੱਗਾ ਹੋਇਆ ਓਸੀਆਈ ਕਾਰਡ ਦੇ ਨਾਲ ਜਿਹੜਾ ਸੀਗਾ, ਤੇ ਮੈਂ ਤੇ ਜਿਹੜਾ ਨਵਾਂ ਪਾਸਪੋਰਟ ਬਣਾਇਆ ਉਹਦੇ ਨਾਲ ਅਟੈਚ ਕਰ ਲਿਆ ਤੇ ਉਹ ਵੈਲਿਡ ਆ ਉੱਥੇ। ਨਹੀਂ ਨਹੀਂ 100% ਜੋ ਤੁਸੀਂ ਕਹਿ ਰਹੇ ਹੋ ਸੱਚ ਹੈ, ਪਰ ਜੇ ਤੁਸੀਂ ਚਾਹੁੰਦੇ ਹੋ ਕਿ ਬੋਦਰੇਸ਼ਨ ਹੋਰ ਘੱਟ ਹੋ ਜਾਏ ਤੇ ਗਲਤੀ ਦਾ ਚਾਂਸ ਹੋਵੇ ਨਾ, ਕਦੀ ਤੁਹਾਨੂੰ ਇੰਡੀਅਨ ਇਮੀਗ੍ਰੇਸ਼ਨ ਤੇ ਪ੍ਰੋਬਲਮ ਨਾ ਫੇਸ ਸਾਹਮਣਾ ਕਰਨਾ ਪੜੇ, ਕਿਉਂਕਿ ਸਾਡੀ ਗਵਰਨਮੈਂਟ ਨੇ ਸੋਫਟਵੇਅਰ 'ਚ ਅਪਗ੍ਰੇਡੇਸ਼ਨ ਕੀਤੀ ਹੈ। ਸੋ ਉਹ ਜਿਹੜੀ ਹੈ ਤੁਹਾਡਾ ਡਾਟਾ ਵੈਰੀਫਾਈ ਕਰ ਲੈਣਗੇ, ਤੁਹਾਨੂੰ ਬਿਲਕੁਲ ਵੀ ਦਿੱਕਤ ਨਹੀਂ ਆਏਗੀ। ਵੈਸੇ ਤੁਸੀਂ ਬਹੁਤ ਸਾਰਾ ਕੰਮ ਕੀਤਾ ਹੈ ਪੁਰਾਣਾ ਪਾਸਪੋਰਟ ਨਾਲ ਜੁੜਿਆ, ਤੇ ਇਸ ਕਰਕੇ ਦਿੱਕਤ ਆਉਣੀ ਨਹੀਂ ਹੈ, ਪਰ ਫਿਰ ਵੀ ਹੋਰ ਸੌਖਾ ਕਰਨ ਲਈ ਮੈਂ ਤੁਹਾਨੂੰ ਇਹ ਚੀਜ਼ ਗਾਈਡ ਕਰ ਰਿਹਾ ਜੀ। ਮੈਂ ਠੀਕ ਹੈ, ਤੁਹਾਡੀ ਵੈਲਿਊਏਬਲ ਐਡਵਾਈਸ ਆ ਜੀ ਸਰ। ਔਰ ਇਹਦਾ ਮਤਲਬ ਜਿਹੜਾ ਕੈਨੇਡੀਅਨ ਸਿਟੀਜ਼ਨ, ਮੈਨੂੰ ਥੋੜੀ ਆਲਰੇਡੀ ਨੌਲੇਜ ਹੈਗੀ ਆ ਜੀ, ਕੈਨੇਡੀਅਨ ਸਿਟੀਜ਼ਨ ਜਿਹੜਾ ਆ ਉਹ ਉੱਥੇ ਐਗਰੀਕਲਚਰ ਲੈਂਡ ਨਹੀਂ ਕਰ ਸਕਦਾ। ਨਿਊਯਾਰਕ ਦੇ ਇੱਕ ਤੁਹਾਡੇ ਵਰਗੇ ਐਡਵੋਕੇਟ ਨੇ ਗੱਲ ਕੀਤੀ ਸੀ, ਉਹਨੇ ਮੈਂ ਕਿਹਾ ਵੀ ਕੋਈ ਤੁਸੀਂ ਹਾਈਕੋਰਟ ਦਿੱਲੀ ਦੀ ਜਾਂ ਕਿਸੇ ਵੀ ਸਟੇਟ ਦੀ ਜਾਂ ਸੁਪਰੀਮ ਕੋਰਟ ਦੀ ਕੋਈ ਰੂਲਿੰਗ ਦੇ ਸਕਦੇ ਹੋ ਕਿ ਵੀ ਜਿਹੜਾ ਇਹ ਜਿਹਨੇ ਸਿਟੀਜ਼ਨ ਨੇ ਜ਼ਮੀਨ ਖਰੀਦੀ ਆ ਉਹਦੇ ਦੇ ਖਿਲਾਫ ਕੋਈ ਜੱਜਮੈਂਟ ਕਿਸੇ ਕੋਰਟ ਨੇ ਕੀਤੀ ਹੋਵੇ, ਤੇ ਉਹ ਕਹਿੰਦੇ ਨਹੀਂ ਕੋਈ ਜੱਜਮੈਂਟ ਨਹੀਂ ਆਈ ਅੱਜ ਤੱਕ, ਸਿਰਫ ਇਹ ਹੋਮ ਮਿਨਿਸਟਰੀ ਦੇ ਹੀ ਇੰਸਟਰਕਸ਼ਨ ਆ ਕਿ ਜਿਹੜਾ ਤੁਸੀਂ ਉੱਥੇ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦੇ। ਜੇ ਤੁਹਾਡੀ ਨੌਲੇਜ ਦੇ ਵਿੱਚ ਕੋਈ ਕੇਸ ਦੇ ਵਿੱਚ ਕੇਸ ਮਤਲਬ ਕੋਈ ਕੇਸ ਪਰਸੂ ਹੋਇਆ ਇੱਦਾਂ ਦਾ, ਮੈਂ ਤੁਸੀਂ ਦੱਸ ਸਕਦੇ ਹੋ? ਮੈਂ ਲਿਖ ਲਿਆ ਆਪਣੇ ਕਾਗਜ਼ ਤੇ, ਔਰ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਮੈਂ ਇਹਦਾ, ਮੈਂ ਆਪਣੀ ਜੂਨੀਅਰ ਟੀਮ ਨੂੰ ਲਾਉਣਾ ਕੰਮ ਤੇ ਜੀ, ਤੇ ਆਪਾਂ ਜੱਜਮੈਂਟ ਲੱਭਦੇ ਹਾਂ ਵੀ ਕਿਸੇ ਭੈਣ ਭਰਾ ਨੇ ਸਿਟੀਜ਼ਨ ਬਣਨ ਤੋਂ ਬਾਅਦ ਜੇ ਲੈਂਡ ਖਰੀਦੀ ਉਹਦੇ ਤੇ ਕੋਈ ਮਿਨਿਸਟਰੀ ਨੇ, ਜਾਂ ਮੈਂ ਇਹਦੇ ਤੇ ਆਰਟੀਆਈ ਹੀ ਪਾ ਦੇਣਾ ਜੀ ਮਿਨਿਸਟਰੀ 'ਚ, ਨਹੀਂ ਮਿਨਿਸਟਰੀ 'ਚ ਆਰਟੀਆਈ ਪਾ ਦੇਣੀ ਹੈ ਕਿ ਤੁਹਾਡੇ ਕੋਲ ਇਹੋ ਜਿਹੇ ਕਿੰਨੇ ਕੇਸ ਆਏ ਆ ਕਿ ਜਿਹੜੇ ਡਿਊਲਸ ਮਤਲਬ ਫੋਰਨ ਦੀ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਇੰਡੀਆ 'ਚ ਕਿੰਨੇ ਲੋਕਾਂ ਨੇ ਜ਼ਮੀਨ ਖਰੀਦੀ ਉਹਦਾ ਕੋਈ ਬਿਓਰਾ ਦਿਓ ਮੈਨੂੰ। ਸੋ ਮੈਂ ਕੁਛ ਨਹੀਂ, ਉਹ ਤੁਹਾਨੂੰ ਸਿਰਫ ਇਹ ਤੁਹਾਨੂੰ ਮੈਂ ਜਿਹੜਾ ਕੁਐਸਚਨ ਕੀਤਾ, ਇਹ ਨਿਊਯਾਰਕ 'ਚ ਇੱਕ ਐਡਵੋਕੇਟ ਹੈ ਔਰ ਉਹ ਦਿੱਲੀ ਹਾਈਕੋਰਟ ਦਿੱਲੀ ਸੁਪਰੀਮ ਕੋਰਟ ਦੇ ਕੇਸ ਪਰਸੂ ਕਰਦੇ, ਤੇ ਬਾਰ ਬਾਰ ਕਹਿੰਦੇ ਸੀ ਤੁਸੀਂ ਲੈਂਡ ਨਹੀਂ ਖਰੀਦ ਸਕਦੇ। ਮੈਂ ਉਹਨਾਂ ਨੂੰ ਕੁਐਸਚਨ ਕੀਤਾ ਸੀ ਕਿ ਜਿਹਨਾਂ ਬੰਦਿਆਂ ਨੇ ਲੈਂਡ ਖਰੀਦੀ ਆ, ਅਗਰ ਕਿਸੇ ਨੇ ਉਹਦੇ ਰੈਲੇਟਿਵ ਨੇ ਕੰਪਲੇਂਟ ਕੀਤੀ, ਥਰਡ ਪਾਰਟੀ ਨੇ ਕੀਤੀ, ਮੈਨੂੰ ਇਹ ਪਤਾ ਹੈ ਕਿ ਜਿਹਨਾਂ ਨੇ ਖਰੀਦੀ ਆ ਈਡੀ ਡਿਪਾਰਟਮੈਂਟ ਡੀਲ ਕਰਦਾ ਔਰ ਉਹ ਜਿਹੜਾ ਡਿਪਾਰਟਮੈਂਟ ਆ ਉਹ ਫਾਈਨ ਕਰਦਾ, ਲੇਕਿਨ ਕੋਰਟ ਡਿਸਟ੍ਰਿਕਟ ਕੋਰਟ ਜਾਂ ਹਾਈ ਕੋਰਟ ਜਾਂ ਜਿਹੜੀ ਆ ਸੁਪਰੀਮ ਕੋਰਟ ਦੀ ਕੋਈ ਜੱਜਮੈਂਟ ਹੈ ਹੀ ਨਹੀਂ ਕਿ ਵੀ ਸਜ਼ਾ ਮਿਲਣੀ ਹੈ ਤੇ ਇਸ ਕਰਕੇ ਵੀ ਸ਼ਾਇਦ ਹੋ ਸਕਦਾ, ਪਰ ਫਿਰ ਵੀ ਮੈਂ ਵਾਅਦਾ ਕਰਦਾ ਤੁਹਾਨੂੰ, ਤੁਸੀਂ ਮੇਰਾ ਨੰਬਰ ਸਕਰੀਨ ਤੇ ਹੈਗਾ, ਨੋਟ ਕਰ ਲਓ, ਔਰ ਮੈਂ ਆਪਣੀ ਟੀਮ ਨੂੰ ਲਾਉਣਾ ਜੀ 10-15 ਦਿਨਾਂ 'ਚ ਤੁਹਾਨੂੰ ਕੋਈ ਨਾ ਕੋਈ ਅਸੀਂ ਜੱਜਮੈਂਟ ਲੱਭ ਕੇ ਜਾਂ ਇਹਦਾ ਪ੍ਰੋਪਰ ਹੱਲ ਲੱਭ ਕੇ ਦੇ ਦਿੰਦਾ। ਪਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਵੀਰ ਜੀ, ਜ਼ਮੀਨ ਤੁਸੀਂ ਖਰੀਦ ਸਕਦੇ ਹੋ, ਮੈਂ ਫਿਰ ਕਹਿੰਦਾ ਕਿ ਜਿਹੜਾ ਵੀ ਫੋਰਨ ਸਿਟੀਜ਼ਨ ਹੈ, ਭਾਰਤੀ ਮੂਲ ਦਾ ਇਨਸਾਨ ਹੈ, ਬਾਹਰ ਗਿਆ ਹੈ, ਐਗਰੀਕਲਚਰ ਰਿਲੇਟਿਡ ਲੈਂਡ ਲੈਣੀ ਹੈ, ਕੰਪਨੀ ਬਣਾ ਕੇ ਸੋਸਾਇਟੀ ਬਣਾ ਕੇ, ਤੁਸੀਂ ਇਹ ਟਾਈਮ ਵੇਸਟ ਨਾ ਕਰੋ, ਮੈਂ ਤੁਹਾਡੀ ਉਹ ਗੱਲ ਟਰਸਟ ਦੀ ਸੁਣ ਰਿਹਾ ਆ, ਸਵਾਲ ਜਿਹੜਾ ਤੁਸੀਂ ਪਤਾ ਕਰਨਾ ਇਹ ਨਹੀਂ, ਮੇਰੀ ਗੱਲ ਸੁਣੋ ਤੁਸੀਂ, ਮੈਨੂੰ ਉਹ ਮਤਲਬ ਵਿੱਚੇ ਰੋਕੋ ਨਾ, ਉਹ ਟਰਸਟ ਦੀ ਗੱਲ ਮੈਂ ਤੁਹਾਡੀ ਸੁਣ ਲਈ ਆ ਵੀ ਕਿੱਦਾਂ ਤੁਸੀਂ ਐਗਰੀਕਲਚਰ ਲੈਂਡ ਖਰੀਦ ਸਕਦੇ ਹੋ ਐਜ਼ ਏ ਆਊਟਸਾਈਡ ਸਿਟੀਜ਼ਨ, ਸੁਣ ਲਿਆ, ਉਹ ਨਹੀਂ ਰਿਪੀਟ ਕਰਨ ਦੀ ਲੋੜ, ਸਿਰਫ ਇਹ ਪਤਾ ਕਰਨਾ ਭਾਵੇਂ ਕਿੰਨਾ ਚਿਰ ਲੱਗ ਜਾਏ ਕਿ ਕੋਈ ਬੰਦਾ ਅਗਰ ਫਰਜ਼ ਕਰੋ ਐਗਰੀਕਲਚਰ ਲੈਂਡ ਖਰੀਦ ਲੈਂਦਾ, ਉਹਨੂੰ ਫਿਰ ਦੂਸਰਾ ਜਿਹੜਾ ਸਿਟੀਜ਼ਨ ਆ
ਮਤਲਬ ਫਰਜ ਕਰੋ ਕੈਨੇਡਾ ਦਾ ਸਿਟੀਜ਼ਨ ਹੈ ਉਹ ਉੱਥੇ ਖਰੀਦ ਲੈਂਦਾ ਤੇ ਕੈਨੇਡਾ ਦਾ ਸਿਟੀਜ਼ਨ ਜਿਹੜਾ ਆ ਉਹ ਜਿਹੜਾ ਉਹਨੂੰ ਖਰੀਦ ਲੈਂਦਾ ਨਾ ਤੇ ਤੁਸੀਂ ਖਰੀਦ ਸਕਦੇ ਹੋ ਨਾ ਤੁਸੀਂ ਵੇਚ ਸਕਦੇ ਹੋ ਤੇ ਮੈਨੂੰ ਪਤਾ ਲੇਕਿਨ ਕੋਰਟ ਦੀ ਕੋਈ ਐਸੀ ਜਜਮੈਂਟ ਅੱਜ ਤੱਕ ਨਹੀਂ ਆਈ ਇਹ ਪਤਾ ਕਰਨਾ ਤੁਸੀਂ ਹਾਂਜੀ ਹਾਂਜੀ ਜਜਮੈਂਟ ਤੁਹਾਨੂੰ ਲੱਭ ਦਿਆਂਗੇ ਜੀ ਜਿਹਦੇ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂ ਕਿਸੇ ਵੀ ਕੋਰਟ ਦੀ ਜਿਹਦੇ 'ਚ ਇਹੋ ਜਿਹਾ ਕਿਸੇ ਸਿਟੀਜ਼ਨ ਨੇ ਜ਼ਮੀਨ ਖਰੀਦੀ ਹੋਵੇ ਤੇ ਉਹਦੇ ਤੇ ਜਿਸ ਤਰ੍ਹਾਂ ਦਾ ਵੀ ਕੋਈ ਜੁਰਮਾਨਾ ਜਾਂ ਕੋਈ ਵੀ ਉਹਨੂੰ ਪਨਿਸ਼ਮੈਂਟ ਹੋਈ ਹੋਵੇ ਜੀ ਮੈਂ ਡੈਫੀਨੇਟਲੀ ਹਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਈਡੀ ਡਿਪਾਰਟਮੈਂਟ ਆ ਉਹਦੇ ਜਦੋਂ ਨੋਟਿਸ ਚੱਲਦਾ ਤੇ ਉਹ ਵੈਰੀਫਾਈ ਕਰਦੇ ਆ ਔਰ ਉਹਦੇ ਵਿੱਚ ਜਿਹੜਾ ਇੱਕ ਤੁਹਾਡੀ ਨੌਲੇਜ ਵਾਸਤੇ ਗੱਲ ਕਰਦਾ ਵੀ ਅਗਰ ਕਿਤੇ ਜ਼ਮੀਨ ਖਰੀਦ ਵੀ ਲਈ ਆ ਸਿਟੀਜ਼ਨ ਨੇ ਜੀ ਤੇ ਉਹ ਇੱਥੇ ਉੱਥੇ ਆ ਤੇ ਉਹਦੀ ਜਿਹੜੀ ਆਮਦਨ ਆ ਉਹਦਾ ਫਾਦਰ ਖਰੀਦ ਸਕਦਾ ਲੇਕਿਨ ਫਿਰ ਵੀ ਉਹ ਜੁਰਮਾਨਾ ਕਰਦੇ ਆ ਕਿ ਇਹ ਤੁਸੀਂ ਜ਼ਮੀਨ ਜਿਹੜੀ ਆ ਇਹ ਕਿਉਂ ਖਰੀਦੀ ਆ ਕੋਈ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਬਕਾਇਦਾ ਨੋਟਿਸ ਗਵਰਨਮੈਂਟ ਦੀ ਅਪਰੂਵਲ ਹੁੰਦੀ ਆ ਇਹ ਬੜਾ ਮਤਲਬ ਇੰਟਰਸਟਿੰਗ ਕੇਸ ਆ ਤੇ ਤੁਸੀਂ ਦੇਖਣਾ ਵੀ ਕਿਸੇ ਦਾ ਕੇਸ ਇਹ ਪਰਸੂ ਕੋਰਟ ਚ ਹੋਇਆ ਤੇ ਉਹਨੂੰ ਪਨਿਸ਼ਮੈਂਟ ਹੋਈ ਜਾਂ ਜਜਮੈਂਟ ਹੋਈ ਇਹ ਸਿਰਫ ਈਡੀ ਡਿਪਾਰਟਮੈਂਟ ਹੀ ਡੀਲ ਕਰਦਾ ਹੈ ਰਾਈਟ ਸਰ ਰਾਈਟ ਇਹ ਦੇਖ ਲੈਣਾ ਤੁਸੀਂ ਚੰਗੀ ਤਰ੍ਹਾਂ ਮੈਂ ਲਾਇਰ ਨਹੀਂ ਆ ਪਰ ਨੌਲੇਜ ਦੇ ਮੁਤਾਬਕ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਰਾਈਟ ਸਰ ਰਾਈਟ ਜੀ ਮੈਂ ਲੱਭਦਾ ਜੀ ਹਾਂ ਬਸ ਈਡੀ ਡਿਪਾਰਟਮੈਂਟ ਦੇ ਨੂੰ ਡੀਲ ਕਰਦਾ ਥੈਂਕ ਯੂ ਸੋ ਮੱਚ ਫਾਰ ਲਿਸਨਿੰਗ ਥੈਂਕ ਯੂ ਓਕੇ ਸਰ ਮਤਲਬ ਸਰ ਇੱਕ ਸਵਾਲ ਇਹਨਾਂ ਦੇ ਵਿੱਚ ਇਹ ਵੀ ਖੜਾ ਹੋ ਗਿਆ ਜੀ ਸਰ ਆਖਰ ਇੱਕ ਲੋੜ ਕੀ ਪੈ ਗਈ ਸੀ ਕਿ ਜਿਹੜੇ ਬਾਹਰ ਵਿਦੇਸ਼ਾਂ 'ਚ ਭਾਰਤੀ ਬੈਠੇ ਨੇ ਉਹਨਾਂ ਉੱਤੇ ਪਾਬੰਦੀ ਲਾਉਣ ਦੀ ਕਿ ਉਹ ਇੱਥੇ ਐਗਰੀਕਲਚਰ ਜਿਹੜੀ ਲੈਂਡ ਹੈਗੀ ਆ ਉਹ ਨਹੀਂ ਖਰੀਦ ਸਕਦੇ ਵੱਡਾ ਕਾਰਨ ਕੀ ਤੁਹਾਨੂੰ ਲੱਗਦਾ ਸਰ ਡਿਮਾਂਡ ਐਂਡ ਸਪਲਾਈ ਇਕਨੋਮਿਕਸ ਦਾ ਬੜਾ ਵਧੀਆ ਲਾਅ ਹੈ ਇੱਕ ਜਦੋਂ ਜਿਸ ਚੀਜ਼ ਦੀ ਡਿਮਾਂਡ ਵਧੇਗੀ ਉਹਦਾ ਮੁੱਲ ਵੱਜੇਗਾ ਤੁਹਾਡੇ ਸਾਹਮਣੇ ਆਕਸੀਜਨ ਸਿਲੰਡਰ ਕਿੰਨੇ ਕਿੰਨੇ ਦਾ ਵਿਕਿਆ ਵੇਖ ਲਓ ਨਹੀਂ ਤਾਂ 1000 ਰੁਪਏ ਜੇ ਮਿਲ ਜਾਂਦਾ ਸੀ ਮੱਲਣ ਸਾਹਿਬ ਇੱਕ ਚੀਜ਼ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਮੈਨੂੰ ਚੇਤੇ ਹੈਗਾ ਜੀ ਸਰ ਕਿ ਇੱਥੇ ਪੈਸਾ ਭਾਰਤ ਦੇ ਵਿੱਚ ਘੁੰਮਦਾ ਸੀਗਾ ਹਰ ਇੱਕ ਗਰੀਬ ਬੰਦੇ ਤੋਂ ਲੈ ਕੇ ਅਮੀਰ ਬੰਦੇ ਦੇ ਹੱਥਾਂ ਦੇ ਵਿੱਚ ਪੈਸਾ ਜਿਹੜਾ ਹੈਗਾ ਸੀਗਾ ਜੀ ਸਰ ਘੁੰਮਦਾ ਰਿਹਾ ਇੱਥੇ ਤੇ ਉਸ ਵੇਲੇ ਜ਼ਮੀਨਾਂ ਦੇ ਰੇਟ ਕਾਫੀ ਚੜ ਗਏ ਸਨ ਪ੍ਰਾਪਰਟੀ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਸੀ ਆਮ ਆਪਾਂ ਹੱਥ ਨਹੀਂ ਪਾ ਸਕਦੇ ਸੀ ਪ੍ਰਾਪਰਟੀ ਨੂੰ ਜੀ ਜੀ ਅੱਜ ਪ੍ਰਾਪਰਟੀ ਦੇ ਜਿਹੜੇ ਰੇਟ ਹੈਗੇ ਨੇ ਉਹ ਡਾਊਨ ਤਾਂ ਜ਼ਰੂਰ ਹੋ ਗਏ ਨੇ ਜੀ ਪਰ ਇਹਦੇ ਵਿੱਚ ਜਿਹੜੇ ਐਨਆਰਆਈ ਦਾ ਜਿਹੜਾ ਪੈਸਾ ਇੱਥੇ ਲੱਗਦਾ ਹੈ ਕਿ ਉਸ ਨਾਲ ਹੀ ਜਿਹੜੇ ਪ੍ਰਾਪਰਟੀ ਦੇ ਰੇਟ ਜਾਂਦੇ ਨੇ ਉਹ ਆਪ ਜਾਂਦੇ ਨੇ ਨਹੀਂ ਡੈਫੀਨੇਟਲੀ ਸਰ ਜਦੋਂ ਫੋਰਨ ਤੋਂ ਦੇਖੋ ਤੁਸੀਂ ਆਉਣਾ ਤੁਸੀਂ ਰੁਪਈਆ ਉੱਥੋਂ ਦਾ ਕਮਾਇਆ ਤੇ ਇੱਥੇ 55 ਰੁਪਏ ਕਮਾ ਲੈਣੇ ਆ ਤੇ ਜਦੋਂ ਤੁਸੀਂ 1 ਲੱਖ ਰੁਪਏ ਲਿਆਇਆ ਇੱਥੇ 55 ਲੱਖ ਬਣ ਜਾਣਾ ਤੇ ਤੁਹਾਡਾ ਉੱਥੇ ਲੱਖ ਕਮਾਉਣਾ ਸੌਖਾ ਹੈ ਲੱਖ ਬਚਾਉਣਾ ਵੀ ਸੌਖਾ ਹੈ ਪਰ ਇੱਥੇ ਇੰਡੀਆ 'ਚ 55 ਲੱਖ ਰੁਪਇਆ ਇਕੱਠਾ ਕਰਨਾ ਤੁਹਾਡੀ ਉਮਰ ਲੱਗ ਜਾਣੀ ਮੇਰੀ ਵੀ ਲੱਗ ਜਾਣੀ ਹੈ 55 ਲੱਖ ਨਹੀਂ ਸਾਡੇ ਕੋਲ ਇਕੱਠਾ ਹੋਣਾ ਬਿਲਕੁਲ ਗੱਲ ਬਚਾ ਲਈ ਹੈਲੋ ਹੈਲੋ ਜੀ ਹਮਦਰਦ ਲਾਈਵ ਤੋਂ ਬੋਲ ਰਹੇ ਜੀ ਬਿਲਕੁਲ ਬਿਲਕੁਲ ਜੀ ਤੁਹਾਡਾ ਸਵਾਗਤ ਹੈ ਅਮਨ ਮੋਹਨ ਗੱਲ ਕਰ ਰਿਹਾ ਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਕੀ ਪੁੱਛਣਾ ਚਾਹੁੰਦੇ ਹੋ ਮੈਂ ਇੱਥੋਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ ਟੋਰਾਂਟੋ ਤੋਂ ਜੀ 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 ਹਾਂਜੀ ਹਾਂਜੀ ਤੇ ਮੈਂ ਸਵਾਲ ਇਹ ਕਰਦਾ ਸੀਗਾ ਕਿ ਜਿਹਨਾਂ ਦੀਆਂ ਜ਼ਮੀਨਾਂ ਇੰਡੀਆ ਦੇ ਵਿੱਚ 30-40-50-50 ਸਾਲ ਤੋਂ ਵਗ ਰਹੀਆਂ ਨੇ ਉਹ ਕਬਜ਼ਾ ਉਹਨਾਂ ਦੇ ਕੋਲ ਆ ਪਰ ਉਹ ਜਿਹਦੇ ਨਾਂ ਦੇ ਉੱਤੇ ਆ ਜੇ ਉਹ ਸੜਕਾਂ ਜਿਹੜੀਆਂ ਨਿਕਲ ਰਹੀਆਂ ਵਾ ਉਹ ਉਹਨਾਂ ਨੂੰ ਮਿਲੇਗੀ ਮਾਇਆ ਜਿਹੜੀ ਸੜਕਾਂ ਦੇ ਮਿਲਣੀ ਆ ਕਿ ਜਾਂ ਜਿਹੜੇ ਬਾਹਰ ਹੈ ਉਹਨਾਂ ਨੂੰ ਮਿਲੇਗੀ ਭਾਜੀ ਬਹੁਤ ਸ਼ੁਕਰੀਆ ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛਿਆ ਔਰ ਇਹਦਾ ਸਵਾਲ ਥੋੜ੍ਹਾ ਜਿਹਾ ਜਵਾਬ ਜਿਹੜਾ ਥੋੜ੍ਹਾ ਜਿਹਾ ਟੈਕਨੀਕਲ ਹੈ ਤੁਸੀਂ ਟੀਵੀ ਸੈੱਟ ਦੀ ਬੇਸ਼ੱਕ ਸਾਡਾ ਫੋਨ ਕੱਟ ਲਓ ਤੇ ਟੀਵੀ ਸੈੱਟ 'ਚ ਸੁਣ ਲਿਓ ਤੁਹਾਨੂੰ ਦੁਬਾਰਾ ਕਾਲ ਕਰ ਲਿਓ ਮੈਂ ਇਹਦੇ 'ਚ ਚੰਗੀ ਤਰ੍ਹਾਂ ਸਮਝਾਉਣਾ ਚਾਹੁੰਦਾ ਜੀ ਟੀਵੀ ਸੈੱਟ ਤੇ ਆਰਾਮ ਨਾਲ ਸੁਣੋ ਜੀ ਫਿਰ ਵੀ ਕੋਈ ਡਾਊਟ ਹੋਏ ਡਾਊਟ ਹੋਇਆ ਤਾਂ ਦੁਬਾਰਾ ਕਾਲ ਕਰਿਓ ਜੀ ਸ਼ੁਕਰੀਆ ਜੀ ਦੇਖੋ ਜਿਹੜੀ ਪੇਮੈਂਟ ਕਿਹਨੂੰ ਹੋਏਗੀ ਇਹ ਸਵਾਲ ਹੈ ਤੁਹਾਡਾ ਵੀ ਜੇ ਤੁਹਾਡੀ ਜ਼ਮੀਨ ਜਿਹੜੀ ਹੈ ਸਰਕਾਰ ਹਾਈਵੇ ਕੱਟੇ ਜਾਣ ਨੈਸ਼ਨਲ ਹਾਈਵੇ ਕੱਟੇ ਜਾਣ ਜਾਂ ਸਰਕਾਰ ਐਕਵਾਇਰ ਕਰੇ ਮੈਂ ਸਿੱਧਾ ਸਵਾਲ ਕਰਦਾ ਸਰਕਾਰ ਐਕਵਾਇਰ ਕਰੇ ਹੁਣ ਇੱਕ ਭਾਜੀ ਹੁੰਦੀ ਜੇ ਪਰਤ ਪਟਵਾਰ ਇੱਕ ਹੁੰਦੀ ਹੈ ਪਰਤ ਸਰਕਾਰ ਯਾਨੀ ਕਿ ਇੱਕ ਪਟਵਾਰੀ ਕੋਲ ਕਿਤਾਬ ਹੁੰਦੀ ਹੈ ਰਜਿਸਟਰ ਹੁੰਦਾ ਮੋਟਾ ਸਾਰਾ ਜਦੋਂ ਤੁਸੀਂ ਜਮ੍ਹਾਂਬੰਦੀ ਲਵਾ ਕੇ ਲਿਆਉਂਦੇ ਹੋ ਇੱਕ ਹੁੰਦੀ ਹੈ ਪਰਤ ਸਰਕਾਰ ਉਹਦੇ ਵਰਗੀ ਇੱਕ ਪਰਤ ਜਿਹੜੀ ਸਰਕਾਰ ਦੇ ਘਰ 'ਚ ਚੱਲ ਜਾਂਦੀ ਹੈ ਜਦੋਂ ਜਦੋਂ ਅਮਲ ਪੂਰਾ ਹੋ ਜਾਂਦਾ ਫਾਰਸੀ ਸ਼ਬਦ ਹੈ ਅਮਲ ਪੂਰਾ ਹੋ ਜਾਂਦਾ ਅਤੇ ਉਹ ਪਰਤ ਸਰਕਾਰ ਚੜ੍ਹ ਜਾਂਦਾ ਜਾਂ ਜਿਹੜੀ ਤੁਹਾਡੀ ਫਰਦ ਮਨਜ਼ੂਰ ਹੋ ਜਾਂਦੀ ਹੈ ਅਤੇ ਉਹ ਉੱਥੇ ਚੜ੍ਹ ਜਾਵੇ ਅਤੇ ਤਾਂ ਕਰਕੇ ਹੁਣ ਉੱਥੇ ਕੀ ਫਰਕ ਪੈਂਦਾ ਹੈ ਵੀ ਉਹਦੇ ਵਿੱਚ ਕੋਲਮ ਹੁੰਦੇ ਨੇ 15 ਉਹਦੇ ਵਿੱਚ ਲਿਖਿਆ ਜਾਂਦਾ ਮਾਲਕ ਕੌਣ ਹੈ ਅਤੇ ਵਾਈ ਕੌਣ ਕਰਦਾ ਪਿਆ ਖੁਦ ਕਾਸ਼ਤ ਹੈ ਠੇਕਾ ਹੈ ਨਹੀਂ ਠੇਕਾ ਜੇ ਤੁਹਾਡੇ ਕਿਸੇ ਸੱਜਣ ਮਿੱਤਰ ਨੇ ਕੋਈ ਸ਼ਰਾਰਤ ਪਟਵਾਰੀ ਨਾਲ ਰਲ ਕੇ ਕਰਾ ਰਹੀ ਹੈ ਜੇ ਕੋਈ ਸ਼ਰਾਰਤ ਤੁਹਾਡੇ ਭੈਣ ਭਰਾ ਨੇ ਕਿਸੇ ਸੱਜਣ ਮਿੱਤਰ ਨੇ ਪਟਵਾਰੀ ਕੋਲੋਂ ਬੜੇ ਸਾਲਾਂ ਤੋਂ ਕਰਾ ਲਈ ਹੈ ਔਰ ਉਹਦੇ 'ਚ ਤੁਹਾਡੇ ਨਾਮ 'ਚ ਕੋਈ ਹੇਰਾਫੇਰੀ ਕਰਕੇ ਉਹਨੂੰ
ਉਹਦੇ 'ਚ ਆਪਣਾ ਨਾਂ ਪਵਾ ਲਿਆ ਤੇ ਡੈਫੀਨੇਟਲੀ ਜਿਸ ਬੰਦੇ ਦੇ ਨਾਂ 'ਤੇ ਕਰੰਟ ਜ਼ਮੀਨ ਬੋਲੇਗੀ ਉਸ ਬੰਦੇ ਨੂੰ ਮੁਆਵਜ਼ਾ ਮਿਲਣਾ ਨਹੀਂ ਤਾਂ ਤੁਸੀਂ ਆਪਣੀਆਂ ਜਿਹੜੀਆਂ ਲੇਟੈਸਟ ਫਰਦਾਂ ਕਢਾਓ ਉਹਦੇ ਵਿੱਚ ਆਪਣੇ ਨਾਵਾਂ ਦੀ ਆਪਣੇ ਬਜ਼ੁਰਗਾਂ ਦੇ ਨਾਵਾਂ ਦੀਆਂ ਐਂਟਰੀਆਂ ਸਿੱਧੀਆਂ ਕਰਾਓ ਔਰ ਜਿਹੜੀ ਚਿੱਠੀ ਸਰਕਾਰ ਨੇ ਕੱਢੀ ਹੈ ਉਸ ਚਿੱਠੀ ਮੁਤਾਬਕ ਆਪਣਾ ਪੂਰਾ ਬਾਇਓਡਾਟਾ ਬੈਂਕ ਅਕਾਊਂਟ ਸਮੇਤ ਭਰ ਕੇ ਸਰਕਾਰ ਦੇ ਘਰ 'ਚ ਦਿਓ ਉਹਦੀ ਪੈਰਵਾਈ ਕਰੋ ਪ੍ਰੋਪਰਲੀ ਕਿਉਂਕਿ ਜਿਸ ਬੰਦੇ ਨੇ ਉਹਦਾ ਫਾਰਮ ਭਰ ਕੇ ਜਿਹਨੇ ਫਰਦ ਲਾਤੀ ਔਰ ਉਹਨੇ ਕਿਸੇ ਨਾਲ ਮਿਲ ਮਿਲਾ ਕੇ ਘਾਲਾ ਕਰ ਲਿਆ ਤਾਂ ਤੁਹਾਡੇ ਹੱਥ ਪੈਸੇ ਨਹੀਂ ਲੱਗਣੇ ਟਾਈਮ ਸਿਰ ਆਪਣਾ ਕਲੇਮ ਫੋਰਮ ਭਰੋ ਆਪਣੀ ਫਰਦ ਦੀ ਕਾਪੀ ਲਾਓ ਆਪਣੀ ਨਾਲ ਮਾਲਕੀ ਦੀ ਕਾਪੀ ਲਾਓ ਉਹਨਾਂ ਚੀਜ਼ਾਂ ਨੂੰ ਵੇਰੀਫਾਈ ਕਰਨ ਤੋਂ ਬਾਅਦ ਇਹ ਪੇਮੈਂਟਾਂ ਹੋਣੀਆਂ ਔਰ ਬੜਾ ਜ਼ਰੂਰੀ ਹੈ ਜੇ ਇਹਨੂੰ ਫੋਲੋਅਪ ਕਰਨਾ ਔਰ ਸਰਕਾਰ ਅੱਜ ਦੀ ਤਰੀਕ 'ਚ ਅੱਛੀ ਤੁਹਾਨੂੰ ਮਤਲਬ ਪ੍ਰਾਈਸ ਦਿੰਦੀ ਪਈ ਹੈ ਤੁਹਾਡੀ ਉਸ ਲੈਣ ਪ੍ਰਾਈਸ ਤਾਂ ਅੱਛੇ ਨਹੀਂ ਮਿਲ ਰਹੇ ਜੀ ਮਲਨ ਸਾਹਿਬ ਮੈਂ ਐਗਰੀ ਨਹੀਂ ਹੈਗਾ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਗਰੀ ਜਾ ਕੇ ਆਇਆ ਉੱਥੇ ਧਰਨਾ ਲੰਮਾ ਲਾਉਂਦੇ ਰਹੇ ਜਿਹੜੇ ਰੋਡ ਕਿਸਾਨ ਸੰਘਰਸ਼ ਕਮੇਟੀ ਹੈਗੀ ਜੀ ਤੁਸੀਂ ਮੰਨੋਗੇ 25,000 acres ਜਿਹੜੀ ਉਪਜਾਊ ਜ਼ਮੀਨ ਹੈਗੀ ਨਾ ਜਿਹੜੇ ਨੈਸ਼ਨਲ ਹਾਈਵੇ ਕੱਢੇ ਜਾ ਰਹੇ ਨੇ ਉਹ ਆਪਣੇ ਲਗਭਗ 1400 ਪਿੰਡਾਂ ਦੀ ਆ ਰਹੀ ਹੈ 25,000 ਉਪਜਾਊ ਜ਼ਮੀਨ ਬਿਲਕੁਲ ਪੱਕੀ ਤੁਸੀਂ ਉਹ ਬੈਠੇ ਧਰਨੇ ਤੇ ਤਾਂ ਹੈਗੇ ਨੇ ਉਸਦਾ ਮੁੱਲ ਪਤਾ ਕੀ ਮਿਲ ਰਿਹਾ ਕਹਿੰਦੇ ਜੀ ਜਿਹੜਾ ਡੀਸੀ ਰੇਟ ਹੈਗਾ ਉਸ ਤੋਂ ਜਿਹੜਾ ਬਸ ਦੁੱਗਣਾ ਕਰਕੇ ਦੇ ਦਾਂਗੇ ਉਹ ਹੁਣ ਇੱਕ ਕਿੱਲੇ ਦਾ 12 ਲੱਖ ਦਿੰਦੇ ਨੇ ਚਲੋ 12 ਲੱਖ ਦਾ 24 ਲੱਖ ਕਰਕੇ ਦੇ ਦੇਣਗੇ ਤੇ 2 ਕਿੱਲੇ ਜਿਹਦੇ ਕੋਲ ਕਿਸਾਨ ਕੋਲ ਜ਼ਮੀਨ ਹੈਗੀ ਹੈ ਉਹ 50-60 ਲੱਖ ਰੁਪਏ ਲੈ ਵੀ ਜਾਏ ਕਿਸਾਨ ਨੂੰ ਹੋਰ ਤਾਂ ਕੋਈ ਕੰਮ ਨਹੀਂ ਆਉਂਦਾ ਰੋਟੀ ਕਿੱਥੋਂ ਖਾਊਗਾ ਸਾਰੀ ਜ਼ਿੰਦਗੀ ਇਸ ਕਰਕੇ ਕਿਸਾਨ ਬੜੀ ਚਿੰਤਾ ਦੇ ਵਿੱਚ ਨੇ ਉਹ ਕਹਿੰਦੇ ਕਿ ਭਾਈ ਸਾਨੂੰ ਦੇਣਾ ਤਾਂ ਘੱਟੋ ਘੱਟ ਤੁਸੀਂ ਇਹਦਾ ਮੁੱਲ ਤਾਂ ਤੈਅ ਕਰੋ ਸਾਡੀ ਜ਼ਮੀਨ ਜਿਹੜੀ ਹੈਗੀ ਹੈ ਉਹੀ ਸਾਡਾ ਰੁਜ਼ਗਾਰ ਹੈਗਾ ਜ਼ਮੀਨ ਤੋਂ ਰੁਜ਼ਗਾਰ ਹੈ ਕਿਉਂਕਿ ਜਦੋਂ ਆਮ ਤੌਰ 'ਤੇ ਕਿਸੇ ਦੁਕਾਨ ਜਾਂ ਸ਼ੋਰੂਮ ਦੀ ਗੱਲ ਚੱਲਦੀ ਹੈ ਤਾਂ ਅਦਾਲਤਾਂ ਕਹਿੰਦੀ ਨੇ ਭਾਈ ਇੱਥੋਂ ਬੰਦਾ ਰੋਟੀ ਖਾਂਦਾ ਸਾਰੀ ਜ਼ਿੰਦਗੀ ਕਿੰਨਾ ਕਮਾਉਂਦਾ ਉਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਪੈਸੇ ਦੇ ਦਿਓ ਉਹ ਕਰੋੜਾਂ 'ਚ ਮਿਲਦੇ ਨੇ ਇੱਥੇ ਹਾਲੇ ਲੱਖਾਂ ਦੇ ਵਿੱਚ ਮਿਲੀ ਜਾਂਦੇ ਨੇ ਮੈਂ ਫਿਰ ਇਹਦੇ 'ਤੇ ਅਗਲੀ ਵਾਰ ਮੈਂ ਆਪਣੇ ਕਾਨੂੰਨ ਦੀ ਕਿਤਾਬ ਲੈ ਕੇ ਆਵਾਂਗਾ ਜੀ ਜੀ ਆਪਣੇ ਦਰਸ਼ਕਾਂ ਨੂੰ ਮੈਂ ਸੈਕਸ਼ਨ ਤੱਕ ਲਿਖਾਵਾਂਗਾ ਔਰ ਇਹਦੇ ਵਿੱਚ ਮੈਂ ਅੱਜ ਤੋਂ 4 ਸਾਲ ਪਹਿਲਾਂ ਜਦੋਂ ਇਹ ਕੈਪਟਨ ਸਰਕਾਰ ਆਈ ਹੈ ਉਸ ਵੇਲੇ ਨਵਜੋਤ ਸਿੰਘ ਸਿੱਧੂ ਜੀ ਨੂੰ ਮਿਲਣ ਗਿਆ ਸੀ ਸਾਡੀ ਜਿਹੜੀ ਪੰਜਾਬ ਦਾ ਜਿਹੜਾ ਐਕਟ ਹੈ ਉਹਦੇ ਵਿੱਚ ਇੱਕ ਸੰਸ਼ੋਧਨ ਕਰਾਉਣ ਗਿਆ ਸੀ ਜਿਹਦੇ ਵਿੱਚ ਇਹ ਹੈ ਕਿ ਜਦੋਂ ਸੈਂਟਰਲ ਗੌਰਮੈਂਟ ਨੇ ਕਿਹਾ ਵੀ ਜਿਹੜੀ ਸੈਂਟਰਲ ਗੌਰਮੈਂਟ ਦੀਆਂ ਜ਼ਮੀਨਾਂ ਉਹਦੇ ਵਿੱਚ ਮਾਰਕੀਟ ਵੈਲਿਊ ਪਲੱਸ 9% ਪਲੱਸ 9% ਉਹ ਲਗਭਗ ਤੁਹਾਨੂੰ 2.5-3 ਗੁਣਾ ਪੈਸਾ ਮਿਲਦਾ ਸੋ ਉਹ ਕਾਨੂੰਨ ਮੈਂ ਦੁਬਾਰਾ ਆਪਣੇ ਆਪ 'ਚ ਪੜ੍ਹ ਲਵਾਂ ਇੱਕ ਵਾਰੀ ਦੁਬਾਰਾ ਪੜ੍ਹ ਕੇ ਮੈਂ ਅਗਲੀ ਵਾਰੀ ਆਪਣੇ ਮੈਂ ਆਪਣੇ ਕੋਲ ਪੁਆਇੰਟ ਨੋਟ ਕਰ ਲਿਆ ਲੈਂਡ ਐਕਟ ਦੇ ਉੱਤੇ ਮੈਂ ਆਪਾਂ ਚਰਚਾ ਕਰਾਂਗੇ ਅਗਲੀ ਵਾਰ ਪ੍ਰੋਪਰ ਤਰੀਕੇ ਨਾਲ ਕਿ ਐਕਟ ਦੀ ਕਿਹੜੀ ਧਾਰਾ 'ਚ ਤੁਹਾਨੂੰ ਕੰਪਨਸੇਸ਼ਨ ਮਿਲਦੀ ਹੈ ਔਰ ਕਿੰਨੀ ਵੱਧ ਤੋਂ ਵੱਧ ਮਿਲ ਸਕਦੀ ਹੈ ਤੇ ਘੱਟ ਤੋਂ ਘੱਟ ਜਿਹੜੀ ਮਿਲ ਰਹੀ ਹੈ ਉਹਨੂੰ ਤੁਸੀਂ ਕਿਵੇਂ ਰਿਬਿਊਟ ਕਰਨਾ ਕਿਵੇਂ ਉਹਦੇ 'ਤੇ ਤੁਸੀਂ ਆਪਣੇ ਇਤਰਾਜ਼ ਜਤਾਉਣੇ ਹੈ ਅਤੇ ਤਾਂ ਜੋ ਜਿਹੜੀ ਇਹਦੇ 'ਤੇ ਮਾਨਯੋਗ ਸੁਪਰੀਮ ਕੋਰਟ ਦੀ ਵੀ ਇੱਕ ਅਥੋਰਿਟੀ ਹੈਗੀ ਹੈ ਉਹ ਅਥੋਰਿਟੀ ਦਾ ਵੀ ਜ਼ਿਕਰ ਕੀਤਾ ਜਾਏਗਾ ਜਿਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਜੇ ਭਾਅ ਜੀ ਇਹ ਲੈਂਡ ਐਕਵਾਇਰ ਦੇ ਉੱਤੇ ਪ੍ਰੋਬਲਮ ਨਾ ਹੁੰਦੀ ਮਤਲਬ ਉਹ ਪ੍ਰੋਬਲਮ ਸੋਲਵ ਨਾ ਹੁੰਦੀ ਅਤੇ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇੰਟਰਫੇਅਰ ਕੀਤਾ ਤਾਂ ਦਿੱਲੀ ਮੈਟਰੋ ਤਾਂ ਹੀ ਬਣ ਸਕੀ ਹੈ ਉੱਥੇ ਮਤਲਬ 3-3 ਗੁਣਾ ਪੈਸੇ ਮਿਲੇ ਆ ਲੋਕਾਂ ਨੂੰ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹਿਸਾਬ ਤੋਂ ਵੀ ਜ਼ਿਆਦਾ ਪੈਸੇ ਮਿਲੇ ਆ ਅਤੇ ਡੈਫੀਨੇਟਲੀ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਇੱਕ ਬੰਦੇ ਨੂੰ ਤੁਸੀਂ ਉਜਾੜਦੇ ਹੋ ਇੱਕ ਥਾਂ ਤੋਂ ਉਹਨੇ ਦੂਜੀ ਥਾਂ 'ਤੇ ਜਾ ਕੇ ਜਦੋਂ ਵੱਸਣਾ ਉਹਨੂੰ 2-3-4 ਸਾਲ ਵੱਸਣ ਲਈ ਲੱਗ ਜਾਣੇ ਆ ਕਿਉਂਕਿ ਉਹਨੂੰ ਦੂਰੀ ਦਾ ਸਾਹਮਣਾ ਵੀ ਕਰਨਾ ਪੈਣਾ ਬਿਲਕੁਲ ਪੰਜਾਬੀ 'ਚ ਕਹਿੰਦੇ ਪੈਂਡਾ ਨਹੀਂ ਚੜ੍ਹਨਾ ਉਹਦੇ ਪੈਰੀ ਸੋ ਉਹਨੂੰ ਉਸ ਤੋਂ ਬਾਅਦ ਕਿੱਥੇ ਜ਼ਮੀਨ ਮਿਲਦੀ ਆ ਉਹ ਕਲਰ ਮਿਲਦੀ ਹੈ ਉਪਜਾਊ ਮਿਲਦੀ ਹੈ ਚੰਗੀ ਮਿਲਦੀ ਹੈ ਮਾੜੀ ਮਿਲਦੀ ਹੈ ਜਾਂ ਉਹਨੇ ਆ ਪੈਸੇ 'ਚ ਮਿਲਦੀ ਵੀ ਕਿ ਨਹੀਂ ਮਿਲਦੀ ਜਾਂ ਸਰਕਾਰ ਨੇ ਇਹ ਵੀ ਕਿਹਾ ਹੋਇਆ ਕਿ ਇਹਨਾਂ ਨੂੰ ਜੇ ਇੱਥੋਂ ਤੱਕ ਐਗਰੀਕਲਚਰ ਲੈਣ ਦਾ ਸਵਾਲ ਹੈ ਇਹਨਾਂ ਦੇ ਘਰ ਤੋਂ ਕੁਛ ਕਿਲੋਮੀਟਰ ਦਾ ਏਰੀਆ ਦਿੱਤਾ ਹੈ ਉਹਦੇ ਦੌਰਾਨ ਉਹਨਾਂ ਨੂੰ ਜ਼ਮੀਨ ਦੇ ਬਦਲੇ ਜ਼ਮੀਨ ਦਿੱਤੀ ਜਾਵੇ ਸੋ ਕਈ ਸਾਰੇ ਪੁਆਇੰਟਸ ਨੇ ਇਹਦੇ 'ਤੇ ਆਪਾਂ ਅਗਲੇ ਸਾਰੇ ਪ੍ਰੋਗਰਾਮਾਂ 'ਚ ਥੋੜ੍ਹਾ ਥੋੜ੍ਹਾ ਕਰਕੇ ਚਰਚਾ ਕਰਾਂਗੇ ਸੋ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਦਾ ਕਿਉਂਕਿ ਅਸੀਂ ਇਹ ਸ਼ੁੱਕਰਵਾਰ ਦਾ ਦਿਨ ਭਾਰਤ ਦੇ ਸਮੇਂ ਮੁਤਾਬਕ ਸ਼ਾਮ 6:30 ਵਜੇ ਅਸੀਂ ਪ੍ਰਵਾਸੀ ਭਾਰਤੀਆਂ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੁਹਾਡੇ ਨਾਲ ਹੀ ਸਾਡਾ ਦਿਲ ਕਰਦਾ ਗੱਲਾਂ ਬਾਤਾਂ ਮਾਰਨ ਨੂੰ ਤੁਸੀਂ ਵੀ ਸਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਮਾਰਿਆ ਕਰੋ ਆਪਣੇ ਜਿਹੜੇ ਤੁਹਾਡੇ ਮਨ ਦੇ ਵਿੱਚ ਸ਼ੰਕੇ ਹੁੰਦੇ ਨੇ ਜਾਂ ਸਵਾਲ ਹੁੰਦੇ ਨੇ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ ਅਤੇ ਮੱਲਨ ਸਾਹਿਬ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਹੈਗੇ ਨੇ ਉਹ ਦਿੱਤੇ ਜਾਣ ਅਤੇ ਮੈਂ ਇੱਕ ਤੁਹਾਡੇ ਤੋਂ ਸਵਾਲ ਵੀ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਬਾਹਰ ਵਿਦੇਸ਼ਾਂ 'ਚ ਬੈਠੇ ਹੋ ਸੱਤ ਸਮੁੰਦਰੋਂ ਪਾਰ ਬੈਠੇ ਹੋ
ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੈਗੀ ਸੀ ਤਾਂ ਉਸ ਵੇਲੇ ਤਾਂ ਇੱਥੇ ਜ਼ਮੀਨਾਂ ਦੇ ਰੇਟ ਬਹੁਤ ਚੜੇ ਹੋਏ ਸੀ, ਐਨਰਾਈਜ਼ ਬਹੁਤ ਜ਼ਿਆਦਾ ਪੈਸਾ ਲਾ ਰਹੇ ਸੀ ਇੱਥੇ ਜ਼ਮੀਨਾਂ ਖਰੀਦਣ ਦੇ ਉੱਤੇ। ਅੱਜ ਕੀ ਚੱਕਰ ਪੈ ਗਿਆ, ਅੱਜ ਐਨਆਰਆਈ ਚੁੱਪ ਕਰਕੇ ਬੈਠੇ ਨੇ, ਇੱਥੇ ਭਾਰਤ ਦੇ ਵਿੱਚ ਖਾਸ ਤੌਰ 'ਤੇ ਕੋਈ ਪੈਸਾ ਇੰਨਾ ਲੱਗ ਨਹੀਂ ਰਿਹਾ ਗਾ। ਸੋ ਮੇਰਾ ਤੁਹਾਨੂੰ ਵੀ ਸਵਾਲ ਜ਼ਰੂਰ ਹੈਗਾ, ਜੇ ਤੁਹਾਡੇ ਕੋਲ ਜਵਾਬ ਇਹਦਾ ਵਧੀਆ ਹੋਵੇ ਤਾਂ ਸਾਨੂੰ ਜ਼ਰੂਰ ਤੁਸੀਂ ਫੋਨ ਕਰਕੇ, ਜਿਹੜਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਇਹਦਾ ਜ਼ਰੂਰ ਦੱਸਿਓ ਰੀਜ਼ਨ ਕਿ ਆਖਰ ਕਮੀ ਕਿੱਥੇ ਰਹਿ ਗਈ ਹੈ, ਤਾਂ ਜੋ ਸਰਕਾਰਾਂ ਆਮ ਜਨਤਾ ਨੂੰ ਵੀ ਪਤਾ ਲੱਗ ਸਕੇ, ਸਰਕਾਰਾਂ ਨੂੰ ਵੀ ਪਤਾ ਲੱਗ ਸਕੇ। ਮਤਲਬ ਸਭ ਤੁਹਾਨੂੰ ਕੀ ਲੱਗਦੀ ਹੈ ਕਮੀ ਕਿੱਥੇ ਰਹਿ ਗਈ ਹੈ? ਸਰ ਇਨਸਿਕਿਉਰਿਟੀ। ਮੈਂ ਫੋਰਨ ਬੈਠਾ, ਮੈਂ ਇੰਡੀਆ 'ਚ ਬੈਠਾ, ਮੇਰੀ ਆਪਣੀ ਜ਼ਮੀਨ ਲੁੱਟ ਲਈ, ਉਹਨੂੰ ਬਚਾਉਣ ਦੇ ਚੱਕਰ 'ਚ ਮੈਂ ਇੰਜੀਨੀਅਰ ਤੋਂ ਵਕੀਲ ਬਣ ਗਿਆ, ਮੇਰਾ ਪੇਸ਼ਾ ਬਦਲ ਗਿਆ, ਮੇਰੀ ਜ਼ਿੰਦਗੀ ਬਦਲ ਗਈ, ਬਿਲਕੁਲ ਹੀ ਵੱਖਰੇ ਲਾਈਨ 'ਤੇ ਮੈਂ ਤੁਰ ਪਿਆ। ਮੈਂ ਫਿਰ ਜੀਰੋ ਤੋਂ ਸ਼ੁਰੂ ਹੋ ਗਿਆ, ਜੀਰੋ ਤੋਂ ਸ਼ੁਰੂ ਹੋ ਕੇ ਫਿਰ ਮੈਂ ਮਿਹਨਤਾਂ ਕਰਨੀਆਂ ਸ਼ੁਰੂ ਕੀਤੀਆਂ, ਫਿਰ ਮੈਂ ਕਿਸੇ ਲੈਵਲ 'ਤੇ ਪਹੁੰਚੂੰਗਾ। ਇਹੋ ਜਿਹੀ ਸਰਕਾਰ ਸਾਡੀ ਚੁਕੰਨੀ ਹੋਵੇ, ਔਰ 15 ਮਿੰਟ ਤੋਂ ਵੱਧ ਦਾ ਕੰਮ ਨਹੀਂ ਹੈ ਜੀ, ਕਰਨਾ ਕੀ ਹੈ, ਚਾਰ ਕਾਗਜ਼ ਤਾਂ ਪਿਛਲੇ ਫਰੋਲਨੇ ਆ, ਪਰ ਕੋਰਟ ਨੂੰ, ਕੋਰਟ ਨੇ ਮੇਰੀ ਤਾਂ ਸੁਣਨੀ ਹੈ, ਮੇਰੇ ਸਾਹਮਣੇ ਵਾਲੇ ਦੀ ਵੀ ਸੁਣਨੀ ਹੈ, ਔਰ ਉਹਨੂੰ ਵੀ ਜਿਹੜੀ ਸਾਡੀ ਮੈਕਸੀਮਮ ਕਹਿੰਦੇ ਨਾ, ਮੈਕਸੀਮ ਕਹਿੰਦੇ ਉਹਨੂੰ, ਕਿ ਇੱਕ ਲੀਗਲ ਟਰਮੀਨੋਲੋਜੀ ਹੈ ਆਡੀ ਅਲਟਰਮ ਪਰਟਮ, ਲੈਟ ਦਾ ਅਦਰ ਪਾਰਟੀ ਵੀ ਹਰਡ, ਮਤਲਬ ਅਦਾਲਤ ਨੇ ਫੈਸਲਾ ਦੋ ਪੱਖਾਂ ਨੂੰ ਸੁਣ ਕੇ ਕਰਨਾ, ਉਹਦੇ ਵਿੱਚੋਂ ਜਿਹੜੇ ਤੱਥ ਅਸੀਂ ਅੱਗੇ ਰੱਖਾਂਗੇ ਉਹਦੇ ਬੇਸ 'ਤੇ ਕਰਨਾ, ਜਿਹੜੇ ਐਵੀਡੈਂਸ ਸਾਹਮਣੇ ਆਏਗੀ ਉਹਦੇ ਬੇਸ 'ਤੇ ਕਰਨਾ, ਪਰ ਸਟੇਟ ਗੌਰਮੈਂਟ ਉਸੇ ਲੈਵਲ 'ਤੇ ਕੰਮ ਕਰੇਗੀ। ਬਟ ਪਟਵਾਰੀ ਨੂੰ, ਤਹਿਸੀਲਦਾਰ ਨੂੰ, ਡੀ ਸੀ ਸਾਹਿਬ ਨੂੰ, ਹੋਰ ਦੋ ਬੰਦਿਆਂ ਨੂੰ ਨਾਲ ਬਿਠਾਏਗੀ, ਮੌਕੇ 'ਤੇ ਫੈਸਲਾ ਹੋ ਸਕਦਾ ਚਾਰ ਕਿਤਾਬਾਂ ਫੋਲ ਕੇ ਕਿ ਵਾਕਈ ਸੁਨੀਲ ਮਲਨ ਆਪਣਾ ਹੱਕ ਸਹੀ ਜਿਤਾ ਰਿਹਾ। ਹਾਂ, ਉਹਨਾਂ ਨੂੰ ਲੱਗੇ ਕਿ ਇਹ ਜਿਹੜਾ ਸੁਨੀਲ ਮਲਨ ਦਾ ਕਲੇਮ ਗਲਤ ਹੈ, ਤੇ ਉਹ ਸਾਨੂੰ ਭੇਜ ਸਕਦੀ ਹੈ ਆਪਣੇ ਸਿਵਲ ਕੋਰਟ 'ਚ। ਮਲਨ ਸਾਹਿਬ, ਮੈਨੂੰ ਇੱਕ ਚੀਜ਼ ਦੱਸੋ, ਜਿੱਦਾਂ ਕਿ ਖੇਤੀਬਾੜੀ ਜ਼ਮੀਨ ਇੱਥੇ ਐਨਆਰਆਈ ਜੇ ਖਰੀਦਦਾ ਤਾਂ ਉਹਨੂੰ ਕਈ ਪੜਾਵਾਂ 'ਚੋਂ ਲੰਘਣਾ ਪੈਂਦਾ, ਸਿੱਧੇ ਤੌਰ 'ਤੇ ਨਹੀਂ ਖਰੀਦੀ ਜਾ ਸਕਦੀ ਹੈ ਨਾ ਜੀ, ਅਤੇ ਜੇ ਉਹ ਇੱਥੇ ਜਿਵੇਂ ਉਸਨੇ ਆਪਣੀ ਰਿਹਾਇਸ਼ੀ ਜ਼ਮੀਨ ਖਰੀਦਣੀ ਹੈਗੀ ਹੈ ਜਾਂ ਇੱਥੇ ਦੁਕਾਨ ਖਰੀਦਣੀ ਹੋਈ, ਇੰਡਸਟਰੀ ਲਾਉਣੀ ਹੈ, ਇੰਡਸਟਰੀ ਲਾਉਣੀ ਹੈ, ਅਤੇ ਉਸ ਲਈ ਜਿਹੜਾ ਪ੍ਰੋਸੈਸ ਹੈਗਾ ਉਹ ਸੁਖਾਲਾ ਹੈ, ਉਹ ਵੀ ਉਹ ਬੜਾ ਸੌਖਾ ਜੀ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਘਰ ਦੀ, ਘਰ 'ਤੇ ਕਦੀ ਵੀ ਲੈ ਸਕਦਾ ਸਾਡਾ ਜਿਹੜਾ ਐਨਆਰਆਈ ਵੀ ਭੈਣ ਭਰਾ, ਕੋਈ SCO ਲੈਣਾ, ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਕੋਈ ਇੰਡਸਟਰੀਅਲ ਪਲਾਟ ਲੈਣਾ ਅਤੇ ਉਹਦੇ 'ਤੇ ਇੰਡਸਟਰੀ ਲਾਉਣੀ ਹੈ, ਅਤੇ ਬਹੁਤ ਵਧੀਆ ਤਰੀਕੇ। ਪਰ ਉਹ ਜਿਹੜੀ ਪ੍ਰੋਪਰਟੀ, ਜਿਵੇਂ ਕਿਸੇ ਨੇ ਇੱਥੇ ਸ਼ੋਰੂਮ ਖਰੀਦਣਾ ਹੈ, ਐਨਆਰਆਈ ਦੇ ਹੁੰਦਾ ਕਿ ਚੱਲ ਇੱਥੇ ਸ਼ੋਰੂਮ ਲੈ ਕੇ ਕਿਰਾਏ 'ਤੇ ਚੜਾ ਦਿੰਦੇ ਹਾਂ, ਚਾਰ ਪੈਸੇ ਵੀ ਆਉਂਦੇ ਰਹਿਣਗੇ ਨਾ ਜੀ। ਸੋ ਆਪਾਂ ਇੱਕ ਫੋਨ ਕਾਲ ਲੈ ਲੈਂਦੇ, ਉਸ ਤੋਂ ਬਾਅਦ ਆਪਣੀ ਗੱਲਬਾਤ ਜਾਰੀ ਰਹੇਗੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕਿੱਥੋਂ ਬੋਲ ਰਹੇ ਜੀ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਅੱਗੇ ਵੀ ਇੱਕ ਵਾਰ ਨਾ ਕੁਛ ਮਹੀਨੇ ਪਹਿਲਾਂ ਕੀਤੀ ਸੀ ਗੱਲ ਵਕੀਲ ਸਾਹਿਬ ਨਾਲ ਜੀ ਭਾਜੀ, ਉਹ ਇੰਡੀਆ 'ਚ ਮੇਰਾ ਥੋੜ੍ਹਾ ਜਿਹਾ, ਚਲੋ ਆਪਣਾ ਇਹ ਪਰਸਨਲ ਮਸਲਾ ਹੀ ਆ, ਮੇਰੀਆਂ ਪੈਲੀਆਂ 'ਚ ਨਾ 2007 ਦੇ 12-13 ਪੋਲ ਲੱਗੇ ਆ, 2.5 ਕਿੱਲਿਆਂ 'ਚ। ਅੱਛਾ ਜੀ, ਬਿਜਲੀ ਬੋਰਡ ਦੇ, ਪਰ ਉੱਥੋਂ ਹਾਂ ਤੁਸੀਂ ਕੀਤੀ ਸੀ ਗੱਲ, ਮੈਨੂੰ ਯਾਦ ਆ ਰਿਹਾ ਜੀ, ਹਾਂਜੀ ਮੈਨੂੰ ਯਾਦ ਆ ਰਿਹਾ ਜੀ, ਤੁਸੀਂ ਗੱਲ ਕੀਤੀ ਸੀ ਬਿਜਲੀ ਬੋਰਡ ਦੇ ਪੋਲਾਂ ਦੀ, ਕਾਗਜ਼ ਭੇਜੋ, ਆਪਾਂ ਇੱਥੇ ਕਾਰਵਾਈ ਸ਼ੁਰੂ ਕਰ ਦੇਣੀ। ਉਹ ਫਿਰ ਹੁਣ ਕਾਗਜ਼ ਪੱਤਰ ਤੇ ਇੰਡੀਆ ਨੇ ਜੀ, ਉਹ ਕਾਗਜ਼ ਪੱਤਰ ਪੈਲੀ ਦਾ ਮੇਰੇ ਕੋਲ ਨੀ ਗਾ, ਤੇ ਆਪਾਂ ਫਿਰ ਵੀ ਇੱਦਾਂ ਕਰਦੇ ਵੀਰ ਜੀ, ਪ੍ਰੋਗਰਾਮ ਤੋਂ ਬਾਅਦ ਤੁਸੀਂ ਮੈਨੂੰ ਰਾਤੀ ਇੰਡੀਆ ਦੇ ਹਿਸਾਬ ਨਾਲ, ਯਾਨੀ ਕਿ ਹੁਣ ਇੱਥੇ 8-7 ਵਜੇ ਹੋਣੇ ਆ, ਤੁਸੀਂ 2 ਘੰਟਿਆਂ ਤੱਕ ਮੈਨੂੰ ਫੋਨ ਲਾ ਲਓ, ਅਤੇ ਆਪਾਂ ਇੱਕ ਵਾਰੀ ਦੁਬਾਰਾ ਰੀਫਰੈਸ਼ ਕਰਦੇ ਹਾਂ ਕੇਸ, ਜੋ ਕੁਛ ਤੁਹਾਡੇ ਕੋਲ ਸੂਚਨਾ ਦਿਓ, ਆਪਾਂ 1-2 RTIs ਪਾਈਏ ਉਦੋਂ ਤੱਕ, ਮਤਲਬ ਕੁਛ ਨਾ ਕੁਛ ਹਿਲਜੁਲ ਸ਼ੁਰੂ ਕਰੀਏ, ਅਤੇ ਫਾਈਲ ਬੰਨੀ ਸ਼ੁਰੂ ਹੋ ਜਾਏਗੀ ਜਦੋਂ ਤੁਸੀਂ ਆਓਗੇ ਜਾਂ ਮੇਰੇ ਕੋਲ ਕਾਗਜ਼ ਪਹੁੰਚਣਗੇ, ਫਿਰ ਆਪਾਂ ਉਹਦਾ ਅਗਲਾ ਹੱਲ ਉਨੀ ਦੇਰ ਤੱਕ ਹੋਮਵਰਕ ਕਰਕੇ ਅਤੇ ਰੱਖ ਲਈਏ। ਕੋਈ ਨਹੀਂ, ਮੈਂ ਤੁਹਾਨੂੰ ਫਿਰ ਨਾ ਅੱਜ ਤੁਸੀਂ ਪ੍ਰੋਗਰਾਮ ਚਲਾਓ, ਬਾਅਦ 'ਚ ਕਰੂੰਗਾ। ਰਾਈਟ ਵੀਰ ਜੀ, ਰਾਈਟ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਚੰਗਾ ਲੱਗਾ, ਬੜੇ ਮਹੀਨਿਆਂ ਬਾਅਦ ਗੱਲ ਕਰਕੇ। ਸਰ ਮੈਂ ਇੱਕ ਸਵਾਲ ਪੁੱਛਿਆ ਜੀ ਪ੍ਰਵਾਸੀ ਭਾਰਤੀਆਂ ਤੋਂ, ਪਰ ਜਵਾਬ ਨਹੀਂ ਆਇਆ ਉਹਨਾਂ ਦਾ, ਕਿ ਅੱਜ ਕੱਲ੍ਹ ਪ੍ਰੋਪਰਟੀ 'ਤੇ ਪੈਸਾ ਕਿਉਂ ਨਹੀਂ ਲਾ ਰਹੇ ਇੱਥੇ? ਅਤੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਜੇ ਕੋਈ ਐਨਆਰਆਈ ਸ਼ੋਰੂਮ ਖਰੀਦਦਾ ਹੈ ਨਾ, ਉਹਨੇ ਹੁੰਦਾ ਕਿ ਚੱਲ ਚਾਰ ਪੈਸੇ ਇੱਥੇ ਆਉਂਦੇ ਰਹਿਣ ਅਤੇ ਅਸੀਂ ਕਿਰਾਏ 'ਤੇ ਵੀ ਦੇ ਦਈਏ ਨਾ, ਨਾਲੇ ਜੁੜੇ ਰਹਾਂਗੇ ਆਪਣੇ ਕੰਟਰੀ ਨਾਲ। ਖਰੀਦਣ ਲੱਗਿਆ ਕਿਹੜੀ ਸਾਵਧਾਨੀ ਦਾ ਲੋੜ ਹੈਗੀ ਹੈ, ਕਿ ਪ੍ਰੋਪਰਟੀ ਖਰੀਦਣ ਲੱਗਿਆ ਕਿਹੜੇ ਕਿਹੜੇ ਡਾਕੂਮੈਂਟ, ਕਿਹੜੀ ਕਿਹੜੀ ਸਾਵਧਾਨੀ ਦੀ ਜ਼ਰੂਰਤ ਹੈਗੀ, ਉਸ ਤੋਂ ਬਾਅਦ ਜੇ ਕਿਰਾਏ 'ਤੇ ਦੇਣੀ ਹੈ ਕਿਸੇ ਐਨਆਰਆਈ ਨੇ ਆਪਣੀ ਪ੍ਰੋਪਰਟੀ, ਅਤੇ ਉਹਦੇ ਲਈ ਕਿਹੜੀ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ? ਦੇਖੋ, ਜਿੱਥੋਂ ਤੱਕ ਤਾਂ ਕਿਰਾਏਦਾਰਾਂ ਦਾ ਸਵਾਲ ਹੈ, ਮੈਂ ਤਾਂ ਕਿਰਾਏਦਾਰਾਂ ਦੀ ਪੁੱਛ ਚੁਕਾ ਦਿੰਦਾ ਪੂਰੀ। ਮੈਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀ ਪਰ ਚੇਤਾ ਭੁੱਲ ਗਿਆ, ਮੈਂ ਅਗਲੀ ਵਾਰ ਮੈਂ ਆਪਣੇ ਇੱਕ ਵੀਰ ਦਾ ਕੇਸ ਲੜਿਆ, ਔਰ ਤੁਸੀਂ
सारे ही एन आर आई वीर मेरे हैरान होणगे, पहली तरीक मान लो तीन तरीक है तो दूजी सत्त है, कोई तीन दिन की तरीक, कोई चार दिन की तरीक, कोई पाँच दिन की तरीक, कोई हफ्ते की तरीक, वो तो वह दस दिन की तरीक, अक्तूबर तो लैके हूँ तक ये कुछ चलिया। तो कोर्ट्स बड़िया साड़िया सेंसिटिव ने इत्थे, मतलब साहब पर तारीख तो तारीख, तारीख तो तारीख, इंसाफ कदों मिलेगा? इंसाफ जदों सारे पक्ष पूरे हो जाएंगे, डिफेंस के भी प्लेंटिफ के भी, जदों दोनों पक्ष पूरे हो जाएंगे कोर्ट की फाइल भर जाएगी, फिर उस तो बाद निचोड़ कढ़िया जाएगा कि सच पर इन्नी ना तरीका पैंदे रहने ना बंदा नलका पुट ले। हाँ वो गल वखरी है जी, नलके की इसे प्लाट रुपये ला के लै जाते हैं जी। सो मतलब सर तुम दस रहे थे कि सावधानी सब तो पहला यह दसागा भी जो किराएदार ना, मैं दूजा सवाल पहला लैंना, किराएदार ना जो तुम किराया देना है, एक तो तुम पहला ईस्ट पंजाब एक्ट के मुताबिक किराएनामा लिखाना है कि नवे एक्ट मुताबिक लिखाना है। ज़्यादातर जो वकील साहब ने वो कहते भी 11 महीने का किराया लिखा लो, तो 11 महीने का किराएनामा जी किराएनामा है ना भाजी, साड़ी कानून की किताब जो टेनेंसी इज ए सक्सैशन राइट, कि मैं लिया सी ना मेरे बच्चे का राइट है उस सक्सैशन पर, सक्सैशन मुताबिक उस किराए पर जी जी। पर कई थावां आप लीज़ भी लिख सकते हैं, कई थावां आप किराएनामा ही लिखते हैं। जो तुम किराएनामे से शर्त योजना पाओ, फॉर एग्जाम्पल मैं शर्त लिखा कि जे मेरा किराएदार 7 तरीक नूं किराया नहीं देगा, 8 नूं देगा, तो मैं किराए दे नाल 500 रुपए जुर्माना भी लूंगा, वो 8 की जगह 9 नूं देगा, मैं 500 नाल 500 होर जोड़ के किराया प्लस 1000 रुपया लूंगा। जे वो 9 की बजाय 10 तरीक करता तो मैं 500 होर जोड़ांगा। नहीं पर कल नूं अदालतां कहणगीआं ने तुसीं बैंकां नालों ज्यादा व्याज ले जांदे हो। व्याज थोड़ी लै रहे, फाइन लै रहे हैं। फाइन लै रहे, फाइन जिन्ना मर्जी लो जी सर। नाले नाले अगली गल, जो तुम किराएनामा लिखना है किराएदार वालों प्रपोजल लिखवानी है, एक नंबर से पार्टी किराएदार, दो नंबर से मकान मालक, पहला पैरा लिखाना है कि मैं सुनील कुमार मल्लन पुत्र फलाना। उत्थे अगे शरारत फिर की होंगी है, वह बंदा अपना आधार कार्ड देता जी मेरा एड्रैस छाप दो, जबकि उस आधार कार्ड से जिंदगी रिहा ही नहीं होंदा। यहोजे शरारतियों ने आधार कार्ड बनाए होंगे, वो पापा जी का नाम लिखो पूरा, उन्होंने फोन नंबर लिखो, वो मामे का नाम लिखो, चाचे का नाम लिखो, वो मासी भूआ फुफड़ कोई तो होगा उन्होंने नाम जरूर लिखो कि मेरा मासी है मेरा, वो इतराज जताएगा उन्होंने कहा भाई जो कल मैंने तंग किया मैं इन्होंने फोन करूंगा या इन्होंने एड्रैस से पहुँचाऊंगा, या एक वक्रा फार्म बना के वो रिश्तेदारा का, तो जो मौका लगे तो फिजिकली वेरीफाई करके आओ घर बार, या तो पता भी हाँ दिखा भी दस तेरा सची मुची तेरा पिछोकड़ कितों का, तो जो ते को पिछोकड़ होएगा तो 90% जित होएगी। फिर तुम प्रोपर एड्रैस लिखाओ, वह पासपोर्ट की कापी लवो, जेडे आइडेंटी प्रूफ ने, वोटर कार्ड लवो, कल आधार कार्ड से किराया नहीं लिखना, ते लिखो हाल वासी फलाना ते पक्का वासी फलाना, ठीक है जी। उतों के सरपंच का लागे के थाने का नंबर पता लाओ, जो इन्ने काम करोगे अगले वैसे ही कन्न हो जाएंगे कि मेरा तो मतलब पूरा खानदान की बायोडाटा किराए तो लोग ही नहीं, जिदे मन च चोर होएगा जरूर चल जाएगा जी, जिदे मन च चोर नहीं होएगा तो कहेगा भाजी सारे किराए एड्रैस लिख लो, हाँ मेरा किराया कभी दो चार दिन लेट हो जाएगा तो 500 रुपया माफ कर दो, वो तुसी भी माफ कर दियो। मतलब साहब हुण जिहड़े एन आर आई दी जमीन देख के सारे दे मन च इत्थे ज्यादातर तां 90% लोकां च लारां टपकदियां जी, उही तां कह रहे दब लई, पर इहो जिहियां शर्तां जदों एन आर आई नूं किराएदार नहीं लभणे औखे हो जाणगे सर। मैं कहिंदा चंगे ने खाली जमीनां रहिणगियां, घट्टो घट्ट वेच ते लैणगे, कब्जे खाली कराने सौखे पए ने, उह जिहड़े झगड़े लड़ने इक ते पैसे भी पल्लों लगणे आ, इक उहने मार के बैठे होणा, उह साड़ा पैणा। और अगली गल, कदी भी पूरी दुकान पूरी मकान पूरी इंडस्ट्री जो भी तुहाडी चीज़ आ उहदा पूरा कब्जा नहीं देना सामने वाले नूं, वो चो 5% एक कमरा बाथरूम नूं ताला ला दो, लिखो कि इहदे बाथरूम दे विच मेरा जरूरी समान पिया, इहनूं मैं ताला लाया और इहदा कब्जा मेरे को रहेगा। नक्शा नवीस को नक्शा बनाओ, उहदे विच अपना एरिया मार्क करो, फिर इंस्पैक्शन दियां लिखो कि जदों मैं जावां या मेरा रीप्रजेंटेटिव आएगा इह टाइम तो इह टाइम दे दौरान जे कोई स्पैसीफिक है तो उहनूं इह पूरी प्रॉपर्टी दी इंस्पैक्शन कराएगा। इह किसे तरहां दी माइनर मेजर अमेंडमेंट या कोई बदलाव बिना मेरी रिटर्न मर्जी तो नहीं करेगा, तो किराया सारे का सारा बैंक के खाते च लवो, टैक्स दियो। जो तुम किराएनामा लिखना है तुम एक साल का जो ताडा किराया बनता 3% ड्यूटी बनती है जी, मान लो 1,00,000 रुपया किराया तो 12,00,000 बनया, 36,000 रुपया ड्यूटी बननी वो, तो 2-4,000 रुपया होर लगना, वो 40,000 रुपये च 20,000 किराएदार कहो तू अपनी जेब चो पा 20,000 रुपया पाना, तो आप दो रल के पक्का किराएनामा लिखाइए एज पर जिहड़ियां लेटेस्ट किराए दियां गाइडलाइनस है उहदे मुताबिक तुहाडे कोल बड़े रिलीफ ने। और दूजी गल, मान लो 5 साल लई तुहाडे कोल किराए ते लैंदा, 5 साल दे चैक उहदे कोल लवो, किराए दे विच एडवांस लिखो भी इन्ने 3 महीने की सिक्योरिटी का चैक,
मैं कैश कराऊंगा आ सारे चैक इन्नी इन्नी तरीक पवा के तो सालवा जो 10% वधाया वधा के सारे 60 चैक मैं ले लेने जे मेरे अकाउंट च पैसे पाता रहेगा तो चैक डिस मतलब डिसेबल करके इन दे दिता जाएगा जे नहीं करता तो मैं चैक लवाना अधिकारी होवगा तो एटलीस्ट तुम हर महीने तीन महीने के चैक लाने अधिकारी हो पिछले तीन महीने मतलब साहब इदा नहीं हो सकता जो किसी चैक कट के देते है ना जी तो बाद बंदा आपका खाता ही बंद करा दे क्या मैं खाता सर 420-406 जेल जाएगा दुगने पैसे देगा गरंटी है ते नाल हर्जा खर्चा भी दे के जाएगा जो किराए नामे च लिखे गए चैक चैक का नंबर नाल चैक के नंबर नाल पै गए बैंक का नंबर पै गया IFSC कोड पै गया बैंक दी डिटेल पै गई लिखा तो सही प्यो दा पुत्रा हाँ ये कानून की गोली है मोड़ काट के बजेगी पिछली चेन लेनी बहुत जरूरी है 15-20-30 साल दी निकल आती है कोई औखा काम नहीं है इस टू डेज जॉब नहीं 15 या 20 या 30 साल अच्छा 30 साल जिस पक्का काम करना 30 साल दी लीज ओदी केस हिस्ट्री यानी कि एटलीस्ट 3 पिछले बायर तीन तो चार बायर पिछले फरदा रजिस्ट्रियां की कापी प्लस मान लो तुसी करोड़ रुपए की जमीन लैनी है करोड़ दे करोड़ तुहाडे कोल आ गया मैं हर प्रोग्राम च कहना चाहे 10 लाख की लोन कराओ लोन जरूर कराना देखो मैं एक प्रॉपर्टी के उत्ते तुहानू दसदा नाम नहीं लवांगा प्रॉपर्टी का पर प्रॉपर्टी का जिक्र करदा कि वह प्रॉपर्टी कमर्शियल प्रॉपर्टी कह के प्रॉपर्टी वेच रहा सी बंदा असी बैंक को चले गए पहले बैंक वाले ने जदों अपने वकील साहब नूं दिता कागज़ कि लो जी यह मल्लन साहब आए ने इन्होंने प्रॉपर्टी लैनी है इन्हों की प्रॉपर्टी बारे है इनकमरेंस सर्टिफिकेट बनाओ तो जदों उन्होंने पिछली चेन ली जितों चेन तुरी सी वह रेजिडेंशियल एरिया सी वह रजिस्ट्री रेजिडेंशियल इलाके की सी रहायशी मकाना की CLU दिते बिना उहदे कमर्शियल बिल्डिंग बन चुकी सी ठीक है और कमर्शियल दे भी कई सारिया चीजा विक चुकी सी हुण टैक्निकली रहायशी जमीन है उहदे कमर्शियल बिल्डिंगा बनिया हुण जिहड़े बंदिआं ने लईआं मैं अपने कीती बिल्डर नाल गल मैं कहा भी सजना आह घपला की है झोलमाल की है नहीं हमने वो ड्यूटी भरी है ये भरा है वो भरा है मैं कहना CLU की चिट्ठी विखा दे लै नहीं तो रहिंदे फिर उस तो बाद की होया जदों अगली बार गए तो बैंक में नोटिफिकेशन आ गई कि शेयर ऑफ प्रॉपर्टी कैन नॉट बी लोन्ड मान लो तो अपनी एड्डी वड्डी बिल्डिंग है चार कमरे है तो एक कमरे की या पहली मंजिल की जिहड़ी रजिस्ट्री है उहदे ते लोन नहीं किया जा सकता सो टैक्निकल चीज़ा जिहड़ियां इनकमरेंस सर्टिफिकेट वेले वैल्यूएशन वेले कुछ ना कुछ बैंक चो बाहर निकलनगियां बेशक तुहाडे कोल पैसे आ देण जोगे और कोशिश करो नैशनलाइज बैंक कोलों करायो लोन जिहड़े प्राइवेट बैंक ने घपलेबाजी हो जाती है कितना कितने गलती हो जाती है क्योंकि उन्होंने टारगेट पूरे करने का प्रैशर होंगे जी 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 सो जान के नहीं करते बट हो जाती है प्रैशर ही इन्ना पर सरकारी बैंकों च देर जरूर लगती है बट वह है कि प्रोसीजर मुताबक चलते हैं प्रैशर नहीं पाते तो वह कितने ना कि जी गलती होगी फड़ी जाएगी जी जी सो लैंड क्लीयर लैन का फायदा है जे वह रेजिडेंशियल से तो कमर्शियल नहीं हुई तो उन्होंने रेजिडेंशियल की रजिस्ट्री करा के लवो और उसे मुताबिक लवो जिस मुताबिक वो चीज बनती है जी जी अदरवाइज प्रॉब्लम वध जाएगी और लोन जरूर कराओ 10-25 लाख रुपए का और वो क्रेडिबिलिटी भी बनेगी प्लस कल जो उतो रेंट आना है और लोन की जी व्याज पैना वेद कुछ बेनीफिट मिल जाना है तो अल्टीमेटली फायदा ही रहना जी नुकसान तुम्हें नहीं होना सो मतलब साहब समा भी अपने को घट रहा है जी सर इस पर भी चर्चा कर ली कि हूँ करोना करके काफ़ी देशों का भी लॉकडाउन रहा है लोग घर रहे हैं ना जी अगे मियाँ भी काम करते बाहर जाते कि घट ही समा मिलता उन्होंने गलबात करते अचक लोग घर ही रेंगे ने कलेश जो खबर आ रही हैं कि घर के जो कलेश है ज़्यादा वध गए हैं तो इस करके अदालतों के भी केस वध गए हैं जो घर वे तो थाने वे तो फिर अदालतों के वे ने ना जी तो जो वर्कलोड अदालतों के उत्ते भी पै रहा थाने के उत्ते भी पै रहा तो एक मियाँ बीबी के उत्ते भी जो पै रहा है बोझ पै रहा है ये मसले किवें सुलझाए जा सकते हैं तो
क्योंकि तुम तो मैं पता एडवोकेट हो गए तो सीधा कोर्ट बारे गल करोगे कि मैं तो यह सोच रहा कि घर सुलझाए जा सकते हैं कि थाने मैं भी देखो मैं भी एक परिवार ही हाँ मेरी भी वाइफ है बच्चा है भैन भरा मामे चाचे ताए सारे रिश्तेदार रिश्ता निभाई है कल रात की गल दसदा भाजी वेखो बड़ी छोटी सी दुनिया कल एक मैडम आए किसी एक स्कूल के प्रिंसीपल मैनू दिल्लियों फोन आया मेरे किसी बड़े खास मतलब फैमिली फ्रेंड का तो जो फोन आया मैं कहते जी बड़े खास ने मिल जरूर लेना टाइम देना चलो बैठे बैठे गल्लां हुई गल्लां करते 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 पिछोकड़ वाल गए भी तुम कितों दे आवाज तो पंजाब च अमृतसर वर्गी लगती है मैं क्या बिल्कुल अमृतसर का रहने वाला जी कितने रेंदे हो जी मैं फलानी जगह रहना जी ओहो भाजी तुम वेख्या है मैं कि वेख्या कहते जी अं तो पांच घर पिछे फलाने घर च किराए से रेंदे रहे सो देखो छोटी जी दुनिया है और रात फिर रोटी राटी कट्ठे खाधी चलो जो कुछ घर च बनिया सीगा उस तरह आप प्यार निभाया एक दूजे नाल सो जड़ी जिथों तकर ये परिवार दियां गल्लां हैं दूरियां मिट जाती हैं जब दो बातें हो जाती हैं इतने पर दो बातें होने इतने चार हो जाती है वह काम पुट्ठा पै जाता है सो ए एक सबर ही है भाजी बीवी का फोन आएगा मैं खड़ा होकर सुनागा यह मेरा वादा सो मैं इना डरदा अपनी पत्नी को तुसी भी डर के रहा करो काका चंगे रो के सर जाने अपना तो वधिया चल रहा मैं पर उन्होंने दसो कि जो केस अदालत पहुंच चुके ने ना जिहड़े एनआरआई दे खास तौर ते केस हुंदे ने इत्थे भारत विआह कराया ते कनेडा चले गए अमेरिका चले गए ना जी सर ते उत्थे उन्होंने डिवोर्स लई फाइल लगाउणी आई थिंक लास्ट वारी आपां गल कर रहे सी विच जी सर सीगी ते उहनां नूं डिवोर्स इंडिया आ के लैणा पए जां उत्थे बाहर विदेशां दे विच वी करवा सकदे ने देखो दोनों मियां बीबी इंडिया च विआह करा के गए हिंदू मैरिज एक्ट मुताबक करा के गए करान तों बाद दोनों जणे फॉरन चले गए सिटीजन बन गए उत्थों दे बच्चे पैदा कर ले सब कुछ हो गया बट विआह जिहड़े एक्ट च कीता सी उत्थे जाके क्रिश्चियनिटी एक्ट दे मुताबक डिवोर्स तुसीं जरूर लै लोगे हो सकदा उस कंट्री च वैलिड भी हो जाए मान लो उत्थे प्रॉपर्टी डिवीजन भी हो जाए तुहाडा सब कुछ बच्चों का भी खर्चे फिक्स हो जाए बट एज पर इंडिया तुहाडा ओह डिवोर्स नहीं मन्निया जाना इत्थे जे तुसी शादी करा ली आके दोबारा तो जिहड़ी 494 या कोई होर धारा लगती है वह तुहाडे ते लाई जा सकेगी यां ते तलाक इंडिया च ही आन दी लोड़ नहीं जो म्यूचुअल डिवोर्स पाना है लड़की वालों ओहदे माँ बाप लड़के वालों ओहदे माँ बाप एक जाना कोई भी वो साढ़े को आ जाए असी उन्होंने म्यूचुअल कागज़ बनावे वह एक प्रोसीजर है कि कागज़ बना के उत्थे भेजने उत्थों एक जगह तो टेस्ट होके इंडिया आने इंडिया आके फिर असी उस हिसाब नाल उन्होंने करना वह करके जो असी लगा देंगे छे महीने की तरीक पेगी पहली तरीक अज पैगी आज तो छे तो सत्त महीने के दौरान दूजी तरीक पेगी तो टोटल 8 महीनों उन्होंने तलाक दे सही कागज़ मिल जाएंगे जिहड़ा इंडिया मुताबक वैलिड अप्रूव्ड तलाक होएगा जी 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 अदरवाइज दूजा तलाक मान लो मैं अपनी ए वाइफ नाल पहला उत्थे चल गया कनेडा उत्थे असी तलाक ले लिया राइट जी आके मैं इंडिया बी वाइफ नाल विआह करा लिया पर बी वाइफ कल नूं मेरे नाल अनबन हो गई वह मेरे ते 494 या जिहड़ी दूजी शादी कराने का जिहड़ा जुर्म है वह ला सकती है सो एंड वाइस वर्सा जे तुसी हसबेंड हो तुहाडी वाइफ इस तरह आई है तुसी विआह करा लिया ते कल नूं तुसी उहदे ते इहो जिहा इल्जाम लगा सकते हो सो जिहड़े बंदे ने भी इंडिया च विआह कराया मेरी सलाह है या जिहड़ा तुसी उत्थे तलाक लिया उहनूं आके इंडिया च प्रोबेट कराओ सो प्रोबेट कराउण नालों बैटर है फिर इत्थे तलाक ही ले लो डिवोर्स पटीशन पा के तुहानूं कहिड़ा इंडिया आना पैणा इत्थे वकील साहब खड़े करो म्यूचुअल डिवोर्स इक्को वकील साहब भी दोनों पार्टियां दा केस लड़ सकते हैं मतलब सब पर अपने इंडिया के उल्टा है ना इतने जी औरत है ने कहें जब शादी हमने की है तो फैसला भी हम करेंगे जज को कितने जाते हैं वो तो भाजी बड़ा कुछ ही होंगे जी मैं भी घर जाके मुर्गा बांधा मैं अपने बंद रल मिल के रहना चाहिए वह नहीं वेखो मैं तो तुम राज की गल दसा सालों भैन भरावान ही बैठा लाइव से भावें बैठा कभी कभी भांडे मांजते हुए अंदर फोन आ जाता है भी वकील साहब ना गल कराओ तो मैं अपने मुंशी को अपने छोटे सब न समझाया कहो जी वकील साहब इंपोर्टेंट फाइलां साइन कर रहे हैं घर च रहना तो भाजी सारी एडजस्टमेंट करनी है मैं वकील हाँ इंटरनेशनल चैनल से बैठा मैं इतें बैठा घर जाके मैं सारे काम करदा झाड़ू पोचा सफाइया बच्चे सामने नो डाउट मेरी वाइफ भी करती है तो मैं भी दसदा कि मैं घर का ही मैंबर हाँ भाई सो
ਦੂਜੀ ਗੱਲ ਮੈਂ ਦੱਸ ਹੀ ਦਿੱਤੀ ਕਾਫੀ ਫਿੱਟ ਹੋ ਗਿਆ ਜੇ ਕੰਮ ਕਰਕੇ ਹਾਂ ਦੇਖੋ ਤੁਹਾਡੇ ਸਾਹਮਣੇ ਕਿੰਨਾ ਸਮਾਰਟ ਲੱਗ ਰਿਹਾ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਓ ਕਿ ਅਗਲੇ ਹਫ਼ਤੇ ਅਸੀਂ ਕਿਹੜੇ ਪ੍ਰੋਗਰਾਮ ਵਿੱਚ ਕਿਹੜੇ ਕਿਹੜੇ ਮੁੱਦਿਆਂ ਉੱਤੇ ਗੱਲ ਕਰੀਏ ਤੁਹਾਡੇ ਮਨ ਦੇ ਵਿੱਚ ਕਿਹੜੇ ਸਵਾਲ ਹੈਗੇ ਨੇ ਕਿਉਂਕਿ ਸ਼ੁੱਕਰਵਾਰ ਦੇ ਦਿਨ ਅਸੀਂ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਉੱਤੇ ਚਰਚਾ ਕਰਦੇ ਹੁੰਦੇ ਹਾਂ ਜਿਹੜੇ ਤੁਹਾਡੇ ਮਸਲੇ ਹੈਗੇ ਨੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਕਿ ਕਿਹੜੇ ਮਸਲੇ ਉੱਤੇ ਅਗਲੇ ਸ਼ੁੱਕਰਵਾਰ ਨੂੰ ਚਰਚਾ ਕਰੀਏ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮਸਲੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਤੇ ਮਲਨ ਸਾਹਿਬ ਤੁਸੀਂ ਵੀ ਸਾਨੂੰ ਦੱਸ ਦਿਓ ਕਿ ਆਪਾਂ ਇੱਕ ਅਗਲੀ ਵਾਰੀ ਸ਼ਾਇਦ ਨਾ ਟਰੱਕ ਡਰਾਈਵਰ ਇੰਡੀਆ 'ਚੋਂ ਜਾ ਕੇ ਫੋਰਨ ਕਿਵੇਂ ਬਣਨਾ ਇਹਦੇ 'ਤੇ ਮੇਰੀ ਟੀਮ ਰਿਸਰਚ ਕਰ ਰਹੀ ਹੈ ਹੋਰ ਇਸ ਤਰ੍ਹਾਂ ਦੇ ਕੁਛ ਕੋਰਸਿਸ ਕਿਊਬੈਕ ਵਿੱਚ ਜਿਹੜੇ ਬੱਚਿਆਂ ਨਾਲ ਧੱਕਾ ਹੋਇਆ ਸਾਡਿਆਂ ਨਾਲ 10 ਕਾਲਜਿਸ ਬੰਦ ਹੋਏ ਉਹਦੇ 'ਤੇ ਮੇਰੀ ਟੀਮ ਪੂਰੀ ਰਿਸਰਚ ਕਰ ਰਹੀ ਹੈ ਤੇ ਹੋਪਫੁਲੀ ਆਪਾਂ ਅਗਲੇ ਪ੍ਰੋਗਰਾਮਾਂ 'ਚ ਇਹਨਾਂ 'ਤੇ ਥੋੜ੍ਹੀ ਥੋੜ੍ਹੀ ਚਰਚਾ ਕਰਾਂਗੇ ਤੇ ਆਉਣ ਵਾਲੇ ਪ੍ਰੋਗਰਾਮਾਂ 'ਚ ਅਸੀਂ ਇਹਨੂੰ ਬਿਲਟ ਅਪ ਕਰਕੇ ਜਾਂ ਆਪਾਂ ਕੈਨੇਡਾ 'ਚ ਇਸ ਵੇਲੇ ਨਵੇਂ ਲਾਅ ਕਿਹੜੇ ਆ ਰਹੇ ਨੇ ਇਮੀਗ੍ਰੇਸ਼ਨ ਦੇ ਸੋ ਉਹਨਾਂ ਦੇ ਉੱਤੇ ਮਾੜੀ ਮੋਟੀ ਚਰਚਾ ਕਰਾਂਗੇ ਸੋ ਐਸੇ ਕਈ ਸਾਰੇ ਹੋਰ ਮੁੱਦੇ ਨੇ ਬਾਕੀ ਮੈਨੂੰ ਦੱਸਿਆ ਕਰੋ ਟੈਲੀਫੋਨ ਕਰਕੇ ਆਪਾਂ ਉਹਨਾਂ ਮੁੱਦਿਆਂ ਤੇ ਪ੍ਰੋਪਰ ਕਾਨੂੰਨੀ ਤਿਆਰੀ ਕਰਕੇ ਤੁਹਾਨੂੰ ਜਵਾਬ ਦੇਵਾਂਗੇ ਜੀ ਮਤਲਬ ਸਾਹਿਬ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਪਰ ਫੋਨ ਕਾਲ ਜਾਂਦੇ ਜਾਂਦੇ ਲੈ ਲੈਂਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ ਉਹ ਅਸੀਂ ਇੰਡੀਆ 'ਚ ਜ਼ਮੀਨ 2005 'ਚ ਲਈ ਸੀਗੀ ਉਹ ਅਸੀਂ ਇੰਡੀਅਨ ਕੈਨੇਡੀਅਨ ਸਿਟੀਜ਼ਨ ਹੈਗੇ ਹਾਂ ਤਾਂ ਉਹ ਵਿੱਚ ਰੱਖ ਸਕਦੇ ਕਿਵੇਂ ਹੋ ਸਕਦੀ ਆ ਕੋਈ ਸਰ ਤੁਸੀਂ ਮੇਰਾ ਨਾ ਪ੍ਰੋਗਰਾਮ ਬਿਲਕੁਲ ਲਾਸਟ ਥਰਸਡੇ ਆ ਨੈਕਸਟ ਪ੍ਰੋਗਰਾਮ ਲਾਈਨ ਤੇ ਹੈ ਮੇਰਾ ਨੰਬਰ ਨੋਟ ਕਰ ਲਓ ਤੇ ਮੈਨੂੰ ਕਾਲ ਕਰ ਲਿਓ ਮੈਂ ਤੁਹਾਨੂੰ ਹੁਣੇ ਅੱਧੇ ਘੰਟੇ ਬਾਅਦ ਮੈਨੂੰ ਕਾਲ ਕਰ ਲਿਓ ਮੈਂ ਤੁਹਾਨੂੰ ਜਵਾਬ ਦੇਣਾ ਜੀ ਇਸ ਪੁਆਇੰਟ ਦਾ ਜੀ ਸ਼ੁਕਰੀਆ ਜੀ ਓਕੇ ਥੈਂਕ ਯੂ ਓਕੇ ਸਰ ਵੈਲਕਮ ਸੋ ਮਲਨ ਸਾਹਿਬ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਸਤਿ ਸ਼੍ਰੀ ਅਕਾਲ ਜੀ ਇਹ ਦਰਸ਼ਕਾਂ ਦਾ ਪਿਆਰ ਹੈ ਤੁਹਾਡਾ ਪਿਆਰ ਹੈ ਤੁਹਾਡੀ ਚਾਹ ਦਾ ਪਿਆਰ ਹੈ ਜੀ ਜੀ ਤੇ ਨਾਲੇ ਇਸੇ ਬਹਾਨੇ ਘੰਟਾ ਘਰੋਂ ਬਾਹਰ ਘੁੰਮ ਜਾਂਦਾ ਮੈਂ ਹੋਰ ਤਾਂ ਕੋਈ ਜਰਿਆ ਨਹੀਂ ਰਿਹਾ ਘਰੋਂ ਬਾਹਰ ਨਿਕਲਣ ਦਾ ਸੋ ਮੈਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਅਗਲੇ ਹਫ਼ਤੇ ਸ਼ੁੱਕਰਵਾਰ ਭਾਰਤੀ ਸਮੇਂ ਮੁਤਾਬਕ ਸ਼ਾਮ 6:30 ਮੁੜ ਹਾਜ਼ਰ ਹੋਵਾਂਗੇ ਮਲਨ ਸਾਹਿਬ ਨੇ ਜਿਹੜੇ ਮਸਲੇ ਦੱਸੇ ਨੇ ਉਹਨਾਂ ਉੱਤੇ ਚਰਚਾ ਕਰਾਂਗੇ ਜੇ ਤੁਸੀਂ ਵੀ ਕੋਈ ਚਾਹੁੰਦੇ ਕਿ ਇਸ ਅਹਿਮ ਮਸਲੇ ਉੱਤੇ ਚਰਚਾ ਕਰੀਏ ਤਾਂ ਤੁਸੀਂ ਸੋਸ਼ਲ ਮੀਡੀਆ ਉੱਤੇ ਵੀ ਆਪਣਾ ਜਿਹੜਾ ਮੈਸੇਜ ਹੈਗਾ ਉਹ ਛੱਡ ਸਕਦੇ ਹੋ ਕਿਉਂਕਿ ਪ੍ਰੋਗਰਾਮ ਸੋਸ਼ਲ ਮੀਡੀਆ ਉੱਤੇ ਵੀ ਚੱਲ ਰਿਹਾ ਹੈ ਹਮਦਰਦ ਮੀਡੀਆ ਗਰੁੱਪ ਸਾਡਾ ਫੇਸਬੁੱਕ ਪੇਜ ਹੈ ਜੇ ਲਾਈਕ ਨਹੀਂ ਕੀਤਾ ਉਸਨੂੰ ਲਾਈਕ ਕਰ ਲਿਓ ਫਿਲਹਾਲ ਸਾਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਸ਼ੁੱਕਰਵਾਰ ਦੇ ਦਿਨ ਦੇਖਣਾ ਨਾ ਭੁੱਲਣਾ ਸਾਡਾ ਪ੍ਰੋਗਰਾਮ ਹੈਲੋ ਪੰਜਾਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ